ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਪ੍ਰੋਗਰਾਮ ਡਾਇਲੌਗ ਵਿਦ ਹਮੀਰ ਸਿੰਘ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ, ਸਾਰੇ ਲੋਕ ਹੜ੍ਹਾਂ ਦੀ ਮਾਰ ਹੇਠ ਨੇ ਪੰਜਾਬ ਔਰ ਪੰਜਾਬ ਦੇ ਇਰਦ ਗਿਰਦ ਬਹੁਤ ਸਾਰੇ ਸੂਬੇ ਵੀ ਉਸ ਮਾਮਲੇ 'ਚ। ਜਦੋਂ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਕੁਦਰਤੀ ਆਫ਼ਤ ਨਾਲ ਨਜਿੱਠਣ ਦੇ ਜਾਂ ਕੁਦਰਤੀ ਆਫ਼ਤ ਤੋਂ ਬਚਣ ਦੇ ਜਾਂ ਜਿਹੜੇ ਨੁਕਸਾਨ ਹੋ ਗਏ ਨੇ ਉਹਨਾਂ ਦੀ ਭਰਪਾਈ ਤੇ ਲਾਜ਼ਮੀ ਆ ਗੱਲਬਾਤ ਚੱਲਣਾ। ਲੋਕ ਆਪਣੇ ਪੱਧਰ ਦੇ ਉੱਤੇ ਵੀ, ਲੋਕ ਸਮਾਜਿਕ ਸੰਸਥਾਵਾਂ ਵੀ, ਸਰਕਾਰਾਂ ਵੀ ਆਪਣੇ ਪੱਧਰ ਤੇ ਆਪੋ ਆਪਣੀ ਜਿਹੜੀ ਭੂਮਿਕਾ ਜਿਹੜੀਆਂ ਲੋਕਾਂ ਨੂੰ ਬਚਾਉਣ ਦੀ ਤਾਂ ਨਿਭਾ ਹੀ ਰਹੇ ਨੇ, ਪਰ ਉਹਨਾਂ ਦੇ ਜਿਹੜੇ ਰੀਹੈਬਿਲਿਟੇਸ਼ਨ ਦੀ ਗੱਲ ਹੁੰਦੀ ਹੈ, ਮੁੜ ਕੇ ਦੁਬਾਰਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਗੱਲ ਹੁੰਦੀ ਹੈ, ਉਹਦੇ 'ਚ ਕੀ ਕਦਮ ਉਠਾਏ ਜਾ ਰਹੇ ਨੇ ਜਾਂ ਕਿੰਨਾ ਕੁ ਹੁਣ ਤੱਕ ਲਾਸ ਹੋ ਚੁੱਕਾ ਹੈ ਔਰ ਕਿਹੜੀਆਂ ਕਿਹੜੀਆਂ ਗੱਲਾਂ 'ਚ ਹੋਰ ਸੁਧਾਰ ਕਰਨ ਦੀ ਲੋੜ ਹੈ, ਅੱਜ ਉਹਨਾਂ ਸਾਰੀਆਂ ਗੱਲਾਂ 'ਤੇ ਆਪਾਂ ਆਪਸ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਦੋ ਮਾਹਰ ਮਹਿਮਾਨ ਨੇ ਇਸ ਮਾਮਲੇ ਦੇ ਵਿੱਚ, ਬਲਵਿੰਦਰ ਸਿੰਘ ਸਿੱਧੂ ਜਿਹੜੇ ਲੰਮਾ ਸਮਾਂ ਡਾਇਰੈਕਟਰ ਐਗਰੀਕਲਚਰ ਰਹੇ ਤੇ ਕਮਿਸ਼ਨਰ ਐਗਰੀਕਲਚਰ ਰਹੇ ਤੇ ਜਿਹੜੇ ਆਪਣੇ ਬਹੁਤ ਨੇੜਿਓਂ ਇਹ ਸਾਰਾ ਕੁਝ ਬੜੀ ਵਾਰ ਆਪਣੇ ਢੰਗ ਨਾਲ ਹੈੱਡ ਆਫ ਦੀ ਡਿਪਾਰਟਮੈਂਟ ਦੇ ਤੌਰ ਤੇ ਡੀਲ ਵੀ ਕੀਤਾ। ਤੇ ਦੂਸਰੇ ਮਹਿਮਾਨ ਸਾਡੇ ਕੋਲ ਨੇ ਜੁਆਇੰਟ ਡਾਇਰੈਕਟਰ ਐਗਰੀਕਲਚਰ ਡਾਕਟਰ ਰਾਜ ਕੁਮਾਰ, ਜਿਹੜੇ ਹੁਣ ਬਾਵਸਤਾ ਨੇ ਐਜ ਏ ਪ੍ਰੈਕਟੀਕਲ ਡਿਪਾਰਟਮੈਂਟ ਦੇ ਥਰੂ ਦੇਖਦੇ ਨੇ, ਔਰ ਅਸੀਂ ਗੈਰ ਰਸਮੀ ਗੱਲ 'ਚ ਬਾਤ ਕਰ ਰਹੇ ਸੀ, ਕੱਲ੍ਹ ਵੀ ਘਨੌਰ ਦਾ ਦੌਰਾ ਕਰਕੇ ਆਏ ਨੇ ਸਗੋਂ ਫਲੱਡ ਜਿਹੜੇ ਬਾਕੀ ਏਰੀਏ ਨੇ। ਡਾਕਟਰ ਰਾਜ ਕੁਮਾਰ ਜੀ, ਮੈਂ ਤੁਹਾਡੇ ਤੋਂ ਪਹਿਲਾਂ ਮੁੱਢਲਾ ਇੱਕ ਅੰਦਾਜ਼ਾ ਲੈਣਾ ਚਾਹਾਂ, ਖੇਤੀਬਾੜੀ ਡਿਪਾਰਟਮੈਂਟ ਦਾ ਕਿੰਨਾ ਕੁ ਅੰਦਾਜ਼ਾ ਹੈ ਕਿ ਫਸਲਾਂ ਦਾ ਕਿੰਨਾ ਕੁ ਲਾਸ ਹੋ ਚੁੱਕਿਆ ਹੁਣ ਤੱਕ ਔਰ ਕਿਹੜੀਆਂ ਕਿਹੜੀਆਂ ਫਸਲਾਂ ਓਵਰਆਲ ਕਿੰਨਾ ਕੁ ਰਕਵਾ ਸੀ ਤੇ ਕਿੰਨਾ ਕੁ ਉਹਦੇ 'ਚ ਹੁਣ ਤੱਕ ਮਤਲਬ ਨੁਕਸਾਨ ਹੋਇਆ? ਪਿਛਲੇ ਦਿਨੀ ਜਿਹੜੀਆਂ ਭਾਰੀ ਬਾਰਿਸ਼ਾਂ ਪੰਜਾਬ ਦੇ ਵਿੱਚ ਹੋਈਆਂ ਸੀ ਉਹਦਾ ਜਿਹੜਾ ਨੁਕਸਾਨ ਹੈ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ। ਸਾਡੇ ਖੇਤੀਬਾੜੀ ਮੰਤਰੀ ਜੀ ਜਾਂ ਸਾਡੀਆਂ ਜਿੰਨੀਆਂ ਵੀ ਟੈਕਨੀਕਲ ਟੀਮਾਂ ਉਹ ਪਿੰਡਾਂ ਦੇ ਵਿੱਚ ਘੁੰਮ ਰਹੀਆਂ ਨੇ ਤੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਸਾਡਾ ਪਟਿਆਲੇ ਜ਼ਿਲ੍ਹੇ 'ਚ ਹੋਇਆ। ਜੇ ਅਸੀਂ ਟੋਟਲ ਲਾਈਏ ਕਿੰਨਾ ਝੋਨਾ ਜਿਹੜਾ ਸਾਡਾ 28 ਲੱਖ ਹੈਕਟੇਅਰ ਜਿਹੜਾ ਪੰਜਾਬ ਦੇ ਵਿੱਚ ਇਸ ਵਾਰ ਬੀਜਿਆ ਜਾਣਾ ਸੀਗਾ ਤੇ ਤਕਰੀਬਨ ਲਗਭਗ ਪੂਰਾ ਹੋ ਚੁੱਕਿਆ ਸੀ, ਜਿਹਦੇ ਵਿੱਚੋਂ 2,40,000 ਦੇ ਲਗਭਗ ਹੈਕਟੇਅਰ ਦੇ ਲਗਭਗ ਜਿਹੜਾ ਇਹ ਅਫੈਕਟਡ ਹੋਇਆ ਰਹੇ। ਅਸੀਂ ਜਿਹੜਾ ਡਾਟਾ ਕਲੈਕਟ ਕੀਤਾ ਜ਼ਿਲ੍ਹਿਆਂ ਤੋਂ ਉਹਦੇ 'ਚ 1,02,318 ਹੈਕਟੇਅਰ ਰਕਬਾ ਜਿਹੜਾ ਝੋਨੇ ਦਾ ਉਹ ਦੁਬਾਰਾ ਰੀਪਲਾਂਟ ਕੀਤਾ ਜਾਏਗਾ। ਜ਼ਿਆਦਾ ਨੁਕਸਾਨ ਝੋਨੇ ਦਾ ਹੋਇਆ ਕਿਉਂਕਿ ਸਬਜ਼ੀਆਂ ਜਿਹੜੀਆਂ ਸੀਗੀਆਂ ਸਬਜ਼ੀਆਂ ਥੋੜ੍ਹੀਆਂ ਘੱਟ ਏਰੀਏ ਦੇ ਵਿੱਚ ਸੀ ਤੇ ਦੂਜੇ ਨੰਬਰ 'ਤੇ ਨੁਕਸਾਨ ਜਿਹੜਾ ਫੋਡਰ ਦਾ ਬਹੁਤ ਹੈ। ਫੋਡਰ ਇਨੀਸ਼ੀਅਲ ਸਟੇਜ 'ਤੇ ਵੀ ਕੁਛ ਸੀਗਾ, ਹਰੇ ਚਾਰੇ ਦਾ ਜੀ, ਹਰੇ ਚਾਰੇ ਦਾ ਤਕਰੀਬਨ ਟੋਟਲੀ ਖਤਮੇ ਹੋ ਗਿਆ। ਅਸੀਂ ਕੱਲ੍ਹ ਮਾਨਯੋਗ ਮੰਤਰੀ ਜੀ ਦੇ ਨਾਲ ਮੈਂ ਘਨੌਰ ਏਰੀਏ ਦੇ ਵਿੱਚ ਘੁੰਮ ਰਿਹਾ ਸੀ ਤੇ ਫੋਡਰ ਦੀ ਇੰਨੀ ਕੁ ਉੱਥੇ ਘਾਟ ਹੈ ਵੀ ਬਾਕੀ ਕਈ ਬਾਹਰੋਂ ਮੰਗਾਉਣਾ ਪੈ ਰਿਹਾ। ਵੈਸੇ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਚਾਹੇ ਨੋਨ ਔਰਗਨਾਈਜੇਸ਼ਨ ਜਿਹੜੀਆਂ ਗੌਰਮੈਂਟ ਦੀਆਂ ਹੈਗੀਆਂ ਜਾਂ ਹੋਰ ਬਹੁਤ ਲੋਕੀ ਜਿਹੜੇ ਬਾਹਰੋਂ ਟਰਾਲੀਆਂ ਲੈ ਕੇ ਉਹਨਾਂ ਨੂੰ ਇਹ ਸਪਲਾਈ, ਲੋਕ ਆਪ ਪੰਜਾਬ ਦਾ ਕਲਚਰ ਵੀ ਹੈ ਕਿਉਂਕਿ ਦੁੱਖ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨਾ। ਹਾਂਜੀ ਹਾਂਜੀ ਹਾਂਜੀ, ਤੇ ਜਿਹੜਾ ਇਹ ਸਾਡੀ ਪਲੈਨਿੰਗ ਹੈ ਉਹਦੇ 'ਚ ਪਲੈਨਿੰਗ ਦੇ ਵਿੱਚ ਝੋਨੇ ਦੀ ਹੈ ਕਿਉਂਕਿ ਪਟਿਆਲੇ 'ਚ ਜ਼ਿਆਦਾ ਨੁਕਸਾਨ ਹੈ। ਅਸੀਂ 1,200 ਕੁਇੰਟਲ ਜਿਹੜਾ ਵਿਭਾਗ ਨੇ ਝੋਨੇ ਦਾ ਬੀ, ਦੋ ਕਿਸਮਾਂ ਦਾ ਜਿਹੜਾ ਬੀ ਅਸੀਂ ਦੇ ਰਹੇ ਹਾਂ, PR 126 ਤੇ ਪੂਸਾ ਬਾਸਮਤੀ 1509, ਕਿਉਂਕਿ ਤਕਰੀਬਨ 90-95 ਦਿਨਾਂ ਦੇ ਵਿੱਚ ਇਹ ਜਿਹੜੀ ਟ੍ਰਾਂਸਪਲਾਂਟ ਹੋਣ ਤੋਂ ਬਾਅਦ ਪੱਕ ਜਾਂਦੀ ਹੈ। ਭਾਵੇਂ ਕਿ ਅਸੀਂ ਲੇਟ ਹੈ ਪਰੰਤੂ ਸਾਡੇ ਕੋਲ ਹੋਰ ਅਲਟਰਨੇਟਿਵ ਨਹੀਂ ਹੈ, ਉੱਥੇ ਪਾਣੀ ਖੜ੍ਹਾ। ਜੇ ਬਾਰਿਸ਼ਾਂ ਨਹੀਂ ਉੱਥੇ ਹੋਰ ਪੈਂਦੀਆਂ ਤਾਂ ਇਹ 20-25 ਦਿਨ ਦੀ ਜਿਹੜੀ ਪਨੀਰੀ ਹੈ ਉਹ ਤਿਆਰ ਕਰਕੇ ਅਸੀਂ ਇਨੀਸ਼ੀਅਲ ਸਟੇਜ 'ਤੇ ਹੀ ਛੇਤੀ ਲਾ ਸਕਦੇ ਹਾਂ। ਇੱਕ ਅਸੀਂ ਸਾਡੇ ਵੱਲੋਂ ਜਿਹੜੀ ਟੈਕਨੀਕਲ ਐਕਸਪਰਟ ਨੇ ਕੱਲ੍ਹ PAU ਦੇ ਵਾਈਸ ਚਾਂਸਲਰ ਨੇ ਵੀ ਸਾਨੂੰ ਇਹ ਐਡਵਾਈਸ ਕੀਤੀ ਸੀ ਕਿ 20-25 ਦਿਨ ਦਾ ਲਾਉਣਾ ਤਾਂ ਜਦੋਂ ਲਾਉਣ ਵੇਲੇ ਜਿਹੜਾ ਪਾਣੀ ਖੇਤ ਦੇ ਵਿੱਚ ਘੱਟ ਖੜ੍ਹਨਾ ਚਾਹੀਦਾ ਤੇ ਉਹਦੇ ਨਾਲ ਸਾਡੀ ਜਿਹੜੀ ਹੈ ਪੂਰਤੀ ਹੋ ਜਾਏਗੀ ਨੁਕਸਾਨ ਦੀ। ਜੇ ਝਾੜ ਚਾਹੇ ਸਾਡਾ 2 ਕੁਇੰਟਲ ਜਾਂ 3 ਕੁਇੰਟਲ ਘੱਟ ਜਾਏਗਾ ਲੇਕਿਨ ਉਹਦੇ ਨਾਲ ਹੋ ਜਾਏਗੀ। ਪਰੰਤੂ ਜੇ ਅੱਗੇ ਬਾਰਿਸ਼ਾਂ ਜ਼ਿਆਦਾ ਹੋਰ ਪੈਂਦੀਆਂ ਤਾਂ ਨੁਕਸਾਨ ਵੱਧ ਸਕਦਾ ਤੇ ਅੱਗੇ ਕੁਦਰਤ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਗਾ। ਇਹ ਕੱਲ੍ਹ ਸਾਡੇ ਮੰਤਰੀ ਸਾਹਿਬ ਵੀ ਕਹਿੰਦੇ ਸੀ ਵੀ ਕੁਦਰਤ ਕੁਛ ਵੀ ਕਰ ਸਕਦੀ ਹੈ। ਇਸ ਵੇਲੇ ਕਿਸਾਨਾਂ ਦੀ ਜਿਹੜੀ ਬਾਂਹ ਹੈ ਉਹ ਫੜਨ ਦੀ ਲੋੜ ਹੈ ਤੇ ਸਾਡੇ ਜਿੰਨੇ ਵੀ ਫੀਲਡ ਆਫਿਸਰ ਨੇ, ਚਾਹੇ ਉਹ ਚੀਫ ਐਗਰੀਕਲਚਰ ਅਫਸਰ ਨੇ, ਐਗਰੀਕਲਚਰ ਅਫਸਰ ਨੇ, ADO ਸਵਾਨ ਨੇ, ਸਾਰੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਉਹਨਾਂ ਦਾ ਦੁੱਖ ਵੰਡਾ ਰਹੇ ਨੇ। ਜਿੱਥੇ ਵੀ ਚਾਰੇ ਦੀ ਮਦਦ ਹੈ, ਚਾਹੇ ਬੀਜ ਦੀ ਮਦਦ ਹੈ ਜਾਂ ਕਿਸੇ ਤਰ੍ਹਾਂ ਦੀ ਹੋਰ ਮਦਦ ਹੈ, ਉਹ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਟ ਕੇ ਕਿਸਾਨਾਂ ਦੀ ਮਦਦ। ਸਿੱਧੂ ਸਾਹਿਬ, ਜਿਹੜਾ ਇੱਕ ਮਾਮਲਾ ਇਹ ਠੀਕ ਹੈ ਕਿ
कुदरत सामने जोर नहीं, पर एक गल लोग यह भी कहन लग गए भी जिहो जे बंदा हो गया जी कुदरत हो गई, बंदे ने भी तो बथेरिया कुदरत जिहड़ा खिलवाड़ किया ना, जिहदे करके साडियां अपनियां कमजोरियां जां अपना एक जिहड़ा कहो हंकार बंदे दा कि मैं सब कुछ कर सकदा अपनी बुद्धि नाल, वह भी एक गल है। पर इन्ना लंबे तजर्बे तुसीं खेतीबाड़ी दे हुण इहदे च की देख रहे हो, सारा जिहड़ा जिस लैवल की गल हो रही है कि आ चीजा की लोड़ है, आ चीजा तुरंत फार्मर नूं करन दी लोड़ है, किहड़ियां किहड़ियां चीजा होर, ना केवल फार्मर, फार्मर लेबरर भी है जिहड़ा जिहदा लॉस हुंदा जदों तुसीं पूरा सारा काम हुंदा। एक गल तां इह भी चल रही है कई बार पूरे दूजे सूबिआं च मैं देखदा लगातार कि जदों फ्लड आ गया जां कोई भूचाल कोई भी कुदरती आफत आ गई ओह उसे समय ना जिहड़े खेत मजदूर ने उहनां लई मनरेगा वगैरह ते 100 दी बजाय 150 दिन कर दिंदे ने, चलो अपना दिहाड़ी भी मिलेगी, बल्कि एहो जे समय उन्हां दी लोड़ भी होंदी है, कितें बन्न लाउणा, कितें कुछ करना, कदे बाकी दीआं चीज़ां दे विच काम करना, और उहदे नाल आमदन भी एक लैवल दी, नहीं तां क्योंकि कंपनसेशन भी जिहड़ा हुंदा उह कई वार फार्मर नूं तां मिलदा ते उह उहदे चों वी रहि जांदे ने। इहनूं तुसीं किस ढंग नाल देखदे हो? देखो भारत सरकार दे जिहड़े कंपनसेशन दे नियम ने उहदे विच इह आलरेडी प्रोविजन है भी 25% असी जिहड़ा मनरेगा दे वर्कर दी वधा सकदे आ, मतलब 100 दे 125 तां केंद्र सरकार ही कह दी तुसीं कर लो, मतलब जे स्टेट गवर्नमेंट चाहे आप ही कर सकदी। हाँ, स्टेट गवर्नमेंट आपे कर सकती है। दूजा उहदे विच इह है कि वी उह कहिंदे वी जां तां एवरेज वेज दे दिओ, जे एवरेज जां जे स्टेट दी एवरेज है जिहड़ी स्टेट दी जिहड़ी वेज रेट है उह दे दिओ, वी उह वी कि पंजाब जिहड़ी स्टेट गवर्नमेंट है वह फैसला ले सकती है। तो इस करके ये मेरा ख्याल है भी सरकार ये हाले हड़ जिहड़ा है वह हाले पानी की समस्या कितों पानी कढ़िया जा रहा है, कितने बंद बने जा रहे हैं, कितने जिते ब्रीचेज हो गए उन्होंने हाले कम लग चल रहा है, भी सरकार ये कम तक इन्ना तक करेगी भी जी है उन्होंने दिन बढ़ा दो तो उन्होंने जी दिहाड़ी है ता कि उन्होंने मिले तो उन्होंने आमदन जी है उन्होंने घटे ना लॉस ऑफ लाइवलीहुड ना हो। दूजा जी गल इन्होंने की है भी मेरा साडा अंदाजा भी यही है भी जिन्ना माड़ी मोटी क्योंकि गल् हों पुराने अफसर भी तकरीबन 1,00,000 हेक्टेयर के करीब रकबा है जोड़ा सानू रीसोइंग करना पैना, तो बाकी का पानी मेरा ख्याल निकल जूगा क्योंकि झोने की फसल यही जी है। ऑफकोर्स भी ऐतकी थोड़ी जी दिक्कत यह कि फसल हाले थोड़ी जी छोटी सी हड़ जड़े ने थोड़े जे समय तो पहला आ गए, अदरवाइज हड़ पहला आ गए थोड़ा जा लाई भी लेट है ना असी थोड़ा जा नहीं लाई तो लेट असी एक्चुअली असी हर साल ही रेगुलरली हौली 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 कर रहे हैं, किसी तक 21 तक भी चला गया थोड़ा ज्यादा सर अवेयरनेस का भी एक है भी जिहड़ी जिहड़ी एक्चुअली इहदे विच बेसिकली इह सी कि असी उन्हां नूं बिजली दी वंड वास्ते नूं मुख रखदे हुए भी पानी दी जिहड़ा जिन्ना जा रहा जिनी तेजी नाल जा रहा उहनूं मुख रखदे हुए सरकार ने इहनूं स्टैगर कीता सी भी कुछ एरियाज दे विच 15 तक लाउणी है, कुछ दे 19 तक लाउणी है, कुछ दे 21 तक लाउणी है, उह डेटा कीतियां गईयां उस हिसाब नाल बिजली की सप्लाई शुरू की गई। ऑफकोर्स ये सरकार का ठीक फैसला से भी इहनूं करना है तो भावें ठीक है क्योंकि ये थोड़ी पता सी उस वेले भी कि इन्ना मीह पएगा तो इन्नी बरसात नाल ये जिहड़े ने हड़ आ जाणगे। बाकी हड़ दे विच ये भी है भी हुण देखो हाले भी असीं समझदे हां कई डिसीजन जिहड़े ने लए जांदे ने जिवें भाखड़ा तो पानी छड़न दा डिसीजन होया, भाखड़ा तो पानी छड़न दा डिसीजन जिहड़ा है मैं समझदा भी जिन्नी कि मेरा ज्ञान है वाटर मैनेजमेंट बारे भी उन्होंने थोड़ा जहा डिले किया जा सकता है उन्होंने उदों उदों छड्या जा सकता है क्योंकि हाले भी अज भी उत्थे वाटर लैवल जिहड़ा है 1647 फुट तक भरिया हुआ है, 1680 तक असीं भर सकते हैं, किसी वेले असीं 1685 भी भरिया सी उन्हों डैम नूं उस लैवल तक भी भरिया सी, तो वह जिहड़ा पानी उदों छड्या गया वह भी थोड़ा जहा रोकिया जा सकता क्योंकि उस पानी ने भी जिहड़ी बिजली लोगों की है उन्होंने वधाया। ये सोच समझ के फैसला ये लेना चाहिए भी जदों कदों ये पानी छड़ना है, ऑफकोर्स उन्होंने डैम वाले भी यह होगा भी 20 सितंबर तक फिलिंग टाइम है तो उन्होंने उदों तक असी ये 1680-85 तक करने भी जो बरसात की जिम्मे पेशन गोई है भी होर बरसात आनगियां वाद आनगियां भी जे उन्होंने भी आख्या भी प्रोपर असी हुणे तो हौली हौली छड्डी जाइए, पर हौली हौली छड्डन का नुकसान यह हो गया भी उस वे छड्या गया जिस वे उधरों मीह भी पै रहा है भी जो जिमें हम अच्छे पिछले 4 दिन तो मीह नहीं पाया जी अज 19,000 क्यूसिक छड़े जाए तो कोई गल नहीं कुछ नहीं होंगे वो ठीक चलेगा। तो तीजी गल जी हैगी है भी जो लोगों का नुकसान होया यस काफ़ी ज़्यादा नुकसान होया कुछ एरिए जिमें कपूरथला डिस्ट्रिक्ट काफ़ी नुकसान है, पटियाला जिले के काफ़ी ज़्यादा नुकसान है, ये भी जी है लोग किसानों की बांह फटन की लड़ है तो काम करने की लड़ है, पर मैं एक गल
मेरा अपना निजी तजर्बा है, जो मेरा ख्याल 2010 या 11 च फ्लड आया, जो मैं डायरेक्टर से उदों भी झग्गरवाला एरिया का सारा ही डुब गया, बाकी पंजाब भी थोड़े बहुत आए। पर जिवें डॉक्टर साहब ने हुणे दस्सिया भी 28 लाख च पनीरी बीजी गई सी, ते साढ़े कोल जिहड़ा सुभावत जिहड़ा एरिया वो 1 लाख ही है, क्योंकि 1 लाख तो लगभग खाली हो जाएगा 1 लाख हैक्टेयर। तो भी ये सानू असीं उदों किसानां नूं कहा जिहदे तों भी पनीरी थोड़ी मिलती है किसी भैन भाई तो, क्योंकि हमेशा किसान जिहड़ा है वह वध पनीरी लाउंदा है। ईवन PAU भी जिहड़ा रिकमेंड करदे वी 8 किलो भी पाओ किले का, तो मैनू ऐ लगता भी 5 किलो नाल पनीरी जिहड़ी है वह 1 किले की 1 किले की पनीरी लग जाती है, तो किसानां कोल पनीरी थोड़ी बहुत ही बच जाती है। तो महकमे वालिआं नूं विभाग नूं मेरी ये बेनती है भी जिहड़ा है नवीं पनीरी दा लाउण उहदा उपराला करन दी लोड़ है ही है, पर जिन्हां किसानां कोल पई है कोई कदी जिहड़ी हैगी है हैल्पलाइन इहो जिही भी इशू करन भी जिहड़े किसान जिन्हां कोल पनीरी हैगी है ते दूजिआं नूं लई स्पेयर कर सकदे ने थोड़ी बहुती, वह उत्थे रजिस्टर करा देण तां कि असीं उहदे चला लईए। पिछली वारी असीं उदों 2010-11 च उदों इहो जिहा कम कीता सी, साडा नवीं पनीरी दी पुराणी नाल ही डंगा लगभग चल गया सी। ऑफकोर्स लोकां ने हरियाणे तों वी आपदे रिश्तेदार तों लिआंदी पनीरी जाके, ते ऐतकी हरियाणे च भी थोड़े बहुते फ्लड आए हुए ने, सिचुएशन दी लोड़ है। पर यह है भी सारे किसान जिहड़ा PAU दी रिकमेंडेशन मनते हैं, साढ़े चौथा हिस्सा किसान तां अपनी रिकमेंडेशन ही करते हैं, वो आपके तजर्बे करते रहते हैं। जिवें पनीरी है हुण जे लेट भी ला देंगे विच कई खासी उठ रहे हैं भी लेट जिहड़ा इहदा की होगा, कुछ नहीं होना इहदा। लेट दे उत्ते उन्हां ने 4 गट्टे यूरिए दे पाउणे ने, वेजीटेटिव ग्रोथ हो गए पुराणी के बराबर जा रही है। तुम जो जाके इन्हूं देखोगे ना 15 सितंबर को जी हूँ लाई होगी, 15 अगस्त को तो जी उदू पहला लगी हुई है सारी बराबरी दिसूगी, तो टेबल टॉप एंड फर्स्ट क्लास दिसूगा। ऑफकोर्स जी गल डॉक्टर साहब ने की है मैं वेद सहमत हाँ भी जे थोड़ा 2 गट्टे यूरिए के वध पाने पै गए तो 3 क्विंटल थोड़ा झाड़ घट गया फिर भी तो वह थोड़ा जोड़ा है थोड़ा फिर कढ़ पाने कुछ नहीं होना, वो नुकसान जोड़ा है वह तो होएगा ही होएगा। पर स्टिल ठीक है चल रही है नॉर्मली नॉर्मल गल है साडे कोल टाइम और जिवें डॉक्टर साहब ने दस्सिया कि साडे कोल 90-95 दिनां च पक्कण वाली मतलब वैरायटीआं ने जिहड़ियां साडे 1509 है जां और वह जेकर हुण 20-25 दिनां दे विचों हुंदी वी है मान लो ते वह बंदा कदों तक लाएगा, कदों तक लाएगा मतलब इहदा मतलब अगस्त च जाके लगू 15 अगस्त तों बाद, और जेकर वह लगदी है तां नॉर्मली PAU की कई रिकमेंडेशन 15 अक्तूबर तो 15 नवंबर तक कणक की बिजाई होनी जरूरी है ना, जे उस बाद पछड़ती है तो वह झाड़ का प्रॉब्लम आती है, कल झोने के झाड़ का सवाल नहीं है, जे कणक के झाड़ से भी इफेक्ट हों तो कोई होर अल्टरनेट नहीं संभव है कि वो मुकाबले कोई ऐसी चीज जी उदू पहला हो जाए कणक पूरी की पूरी हो जाए, सगो कई बार कणक चंगी भी हो जाती है जो ये रेता जो जी मिट्टी उद आती है। जेडे एरिए समस्या आई हुई ना जिते पानी खड़ा जो पानी चला गया तो होर जी फसल उत्थे कामयाब नहीं होएगी। सो असी कल फैसला यह भी किया वाइस चांसलर साहब की मौजूदगी 15 अगस्त तो बाद जी ट्रांसप्लांटेशन है किसानों नूं नहीं करनी चाहिए, जब 15 अगस्त तो बाद करते हैं फिर थोड़े वाली जी गल है कणक लेट हो जाएगा, क्योंकि कणक का गह फिर सीजन है फिर मुड़ के अगली फसल लिए भी बहुत मुश्किल होएगा। सो असी किसानों नूं यही एडवाइस करते हैं भी 15 अगस्त तो बाद किसी तरह भी झोने की प्लांटेशन ना की जाए, क्योंकि वह तो फिर नवंबर भी टप जाऊगा। हाँ जी नवंबर भी टप जाऊगा। तो एक होर सलाह भी PBW 126 दूजा PR 126 तो पूसा बासमती 1509 तो अलावा होर भी किसी किस्म की जी है वह दूजी फसल ना बीजी जाए, जिस तरह डॉक्टर साहब ने कहा कि सानू किसानों तक भी देखना चाहिए, वाकई ये कोई शक नहीं डॉक्टर साहब ठीक बोल रहे हैं भी किसानों के कोल वाधू जी पनीरी पई होंगी है, ये भी साडा असी एक्सरसाइज कर ली है साडे फील्ड लैवल के अफसर सारे कर रहे हैं, बहुतियां कोल जी पनीरी पई है। कल असी विजिट जो की है घनौर के एरिए घग्गर के एरिए तो उस वेले प्लांटेशन चल भी रही थी कई जगह ना, तो हो जाएगा परमात्मा की मेहर रहे तो कुदरत वालों जे साथ रहा तो मैनू लगता भी इस मुसीबत दे विच आपां बिल्कुल लंघ जावांगे। दूजी जी चारे की है चारे के लिए भी असं जो मक्की है ज बाजरा ये बीजन की सलाह दें, तो जे थोड़े खेत के बत है तो वो जे रवान की कुछ किलो ज 2 किलो दाने पै जाए तो वेद जी प्रोटीन तो जी स्टार्च वगैरह कार्बोहाइड्रेट की मात्रा पूरी बैलेंस जी डाइट है वह जी पशु मिल जाएगी, तो ये असं ये मुसीबत चो निकल का बड़ा उपराला कर रहे हैं, तो जे परमात्मा की मेहर हुई तो असं ये कोई शक नहीं पे असी कामयाब होवांगे। इस तों अलावा
ਸਾਡੇ ਕੋਲ ਹੋਰ ਅਲਟਰਨੇਟਿਵ ਵੀ ਹੈ ਕਿ ਮੱਕੀ ਦੀ ਫਸਲ ਹੈ, ਮੱਕੀ ਬੀਜੀ ਜਾ ਸਕਦੀ ਹੈ। ਮੱਕੀ ਤਾਂ ਅਗਸਤ ਦੇ ਵਿੱਚ ਤਾਂ ਪੀਏਯੂ ਰਿਕਮੈਂਡ ਵੀ ਕਰਦੀ ਹੈ, ਜੇ ਤੁਸੀਂ ਘੱਟ ਸਮੇਂ 'ਚ ਪੱਕਣ ਵਾਲੀ ਜਿਹੜੀ ਮੱਕੀ ਉਹ ਬੀਜੀ ਜਾ ਸਕਦੀ ਹੈ, ਕਾਮਯਾਬ ਵੀ ਹੈ। ਈਵਨ ਮੱਕੀ ਦਾ ਜੇ ਤੁਸੀਂ ਨਹੀਂ ਪਕਾਉਂਦੇ ਤਾਂ ਤੁਸੀਂ ਅਚਾਰ ਦੇ ਰੂਪ ਦੇ ਵਿੱਚ ਉਹਨੂੰ ਸਾਈਲੇਜ ਤੌਰ 'ਤੇ ਵੀ ਵੇਚ ਸਕਦੇ ਹੋ ਅਤੇ ਉਹਦੀ ਮਾਰਕੀਟਿੰਗ ਦੀ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੈ। ਅਤੇ ਉਸ ਤੋਂ ਬਾਅਦ ਤਿਲ ਹੈਗੇ, ਜੇ ਤੁਹਾਡੀ ਕੋਲ ਲਾਈਟ ਹਲਕੀਆਂ ਜ਼ਮੀਨਾਂ ਤਿਲ ਬੀਜੇ ਜਾ ਸਕਦੇ ਆ, ਕਿਉਂਕਿ ਜਿਹੜੀ ਤਿਲਾਂ ਦੀ ਬਿਜਾਈ ਹੈ ਉਹ ਜੁਲਾਈ ਦੇ ਸਾਰੇ ਮਹੀਨੇ ਦੇ ਵਿੱਚ ਕੀਤੀ ਜਾ ਸਕਦੀ ਹੈ। ਦਾਲਾਂ ਬੀਜੀਆਂ ਜਾ ਸਕਦੀਆਂ, ਜਿਹੜੀ ਸਾਉਣੀ ਦੀਆਂ ਦਾਲਾਂ ਵੀ ਜਿਹੜੀ ਅਸੀਂ ਜੁਲਾਈ ਦੇ ਮਹੀਨੇ 'ਚ ਰਿਕਮੈਂਡ ਕਰਦੇ ਹਾਂ। ਜੇ ਜਿਹੜੀ ਕੰਡੀਸ਼ਨ ਫੇਵਰੇਬਲ ਹੈਗੀ ਹੈ ਉੱਥੇ ਬਿਲਕੁਲ ਵੱਧ ਆ ਜਾਂਦੀ ਹੈ, ਜ਼ਮੀਨ ਵਧੀਆ ਉੱਥੇ ਬਿਲਕੁਲ ਬੀਜੀਆਂ ਜਾ ਸਕਦੀਆਂ। ਪ੍ਰੋਬਲਮ ਜਿਹੜੀ ਮੁਸ਼ਕਲ ਜਿਹੜੀ ਇਹ ਆ ਰਹੀ ਹੈ ਕਿ ਜੇ ਅੱਗੇ ਤੋਂ ਬਾਰਿਸ਼ ਹੋ ਰਹਿ ਜਾਂਦੀ ਹੈ ਅਤੇ ਪਾਣੀ ਉਸ ਖੇਤ 'ਚੋਂ ਨਹੀਂ ਨਿਕਲਦਾ ਤਾਂ ਸਾਡੇ ਕੋਲ ਇਹ ਸਿਰਫ ਅਤੇ ਸਿਰਫ ਅਲਟਰਨੇਟਿਵ ਇਹ ਹੈ ਵੀ ਅਸੀਂ ਉਹਨੂੰ ਕੰਪਨਸੇਟ ਕਰ ਸਕਦੇ ਹਾਂ। ਇਹ ਜਿਹੜੀਆਂ ਦੋ ਜਿਹੜੀਆਂ ਘੱਟ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ, ਇੱਕ ਬਾਸਮਤੀ ਹੈ ਅਤੇ ਇੱਕ PX126 ਪਰਮਲ ਝੋਨਾ, ਅਤੇ ਉਹਦੇ ਨਾਲ ਅਸੀਂ ਬਿਲਕੁਲ ਮੈਨੂੰ ਆਸ ਹੈ ਵੀ ਅਸੀਂ ਕਾਮਯਾਬ ਹੋਵਾਂਗੇ ਜੇ ਪਰਮਾਤਮਾ ਵੱਲੋਂ ਮਿਹਰ ਲਈ। ਪਰਮਾਤਮਾ ਦੀ ਤਾਂ ਮਿਹਰ ਸਾਡੇ ਨਾਲ ਹੀ ਹੈ, ਵੈਸੇ ਜਿਹੋ ਜਿਹਾ ਵੀ ਆਪਾਂ ਉਹ ਕਰਦੇ ਹਾਂ। ਡਾਕਟਰ ਸਾਹਿਬ, ਜਿਹੜਾ ਮਾਮਲਾ ਇਹ ਹੈ, ਮੰਨ ਲਓ ਬਹੁਤ ਜ਼ਿਆਦਾ ਤਾਂ ਮਾਰਕੀਟਿੰਗ ਦੀ ਪ੍ਰੋਬਲਮ ਹੈ, ਝੋਨੇ ਅਤੇ ਕਣਕ ਦਾ ਸਰਕਲ ਕਿਉਂ ਚੱਲਿਆ ਪੰਜਾਬ 'ਚ, ਕਿਉਂਕਿ MSP ਦੀ ਗਰੰਟੀ ਇਹਦੇ 'ਤੇ ਹੈ ਅਤੇ ਮੰਡੀ 'ਚ ਜਾਣਾ ਤੁਰੰਤ ਵਿਕ ਜਾਣੀ ਹੈ, ਸਾਰਾ ਕੁਝ ਹੈ ਤਾਂ ਕਿਸਾਨ ਵੀ ਉੱਧਰ ਹੀ ਪਿਆ ਚਾਹੇ। ਅਸੀਂ ਡਾਇਵਰਸੀਫਿਕੇਸ਼ਨ ਬਹੁਤ ਪੁਰਾਣਾ, ਜਦੋਂ ਜੌਹਰ ਕਮੇਟੀ ਦੀ 86-87 ਵਾਲੀ ਰਿਪੋਰਟ ਤੋਂ ਲੈ ਕੇ ਲਗਾਤਾਰ ਇਹਦੀ ਗੱਲ ਹੁੰਦੀ ਹੈ ਪੰਜਾਬ 'ਚ ਕਿ ਡਾਇਵਰਸੀਫਾਈ ਕਰਨਾ ਡਾਇਵਰਸੀਫਾਈ ਕਰਨਾ, ਔਰ ਮੈਨੂੰ ਲੱਗਦਾ ਕਿ 4 ਸਾਲ ਕਿਸਾਨਾਂ ਨੂੰ ਦੂਜੀ ਦਾ MSP ਦੇ ਦਿਓ ਤਾਂ ਖਰੀਦ ਦੀ ਗਰੰਟੀ ਦੇ ਦਿਓ, ਡਾਇਵਰਸੀਫਾਈ ਤਾਂ 1 ਸਾਲ 6 ਮਹੀਨੇ 'ਚ ਹੋ ਜੂਗੀ। ਪਰ ਇਸੇ ਲਈ ਜਿਵੇਂ ਮੱਕੀ ਹੈ, ਮੱਕੀ ਦਾ MSP ਹੈ, ਪਰ ਹਰ ਵਾਰ ਮੱਕੀ ਵੀ ਬਹੁਤ ਡਾਊਨ ਰੇਟ 'ਤੇ ਜਾਂਦੀ ਹੈ, ਆਪਾਂ ਦੇਖਦੇ ਹਾਂ ਮਾਰਕੀਟ ਦੇ ਵਿੱਚ ਜੋ ਸਾਡੇ ਸਾਹਮਣੇ ਚੀਜ਼ਾਂ ਨੇ। ਅਤੇ ਅਦਰ ਕਰਾਪਸ ਦੇ ਸੀਡਸ ਦੀ ਵੀ ਗੱਲ ਕਿ ਕੁਆਲਿਟੀ ਸੀਡ, ਜੇਕਰ ਉਹ ਕਿਸਾਨ ਹੁਣ ਵੀ ਚਾਹੇ ਮੰਨ ਲਓ ਇਹਦੇ ਤੋਂ ਇਲਾਵਾ ਇਹ ਕਰਨਾ, ਉਹ ਅਵੇਲੇਬਲ ਹੈ ਸਾਡੇ ਕੋਲ ਇਸ ਉਸ ਮਾਤਰਾ ਦੇ ਵਿੱਚ ਜਿਹੜੀ 'ਚ ਕਿਸਾਨ ਦਾ ਪਹਿਲਾਂ ਲੈਵਲ ਝੁਕਾਅ ਨਹੀਂ ਹੈ। ਮਤਲਬ ਨਾ ਤਾਂ ਚਲੋ ਆਪਾਂ ਕਹਿੰਦੇ ਝੋਨਾ ਦੀ ਪਨੀਰੀ ਤਾਂ ਵਾਧੂ ਕਈ ਵਾਰ ਖੜੀ ਵੀ ਹੁੰਦੀ ਹੈ, ਉਹ ਆਪ ਬੀਜ ਲੈਂਦਾ, ਤਾਂ ਉਹਦਾ ਕਿੰਨਾ ਕੁ ਹੈ। ਅਤੇ ਇੱਕ ਗੱਲ ਨਾਲ ਦੀ ਨਾਲ ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਉਸ ਮਾਮਲੇ ਦੇ ਵਿੱਚ ਕਿ ਜਿਹੜੇ ਰਿਲੀਫ ਦਾ ਪੈਟਰਨ ਹੈ, ਕਿਉਂਕਿ ਇਹ ਆਹ ਸਮਾਂ ਬਹੁਤ ਕਰੂਸ਼ਲ ਹੈ, ਰਿਲੀਫ ਉਹ ਕੀ ਨੋਰਮ ਨੇ, ਕਿੰਨੇ ਪੈਸੇ ਕਿਸੇ ਦਾ ਮਤਲਬ ਘੱਟ ਆ ਜਾਂਦਾ, ਕਿੰਨੇ ਪੈਸੇ ਨੇ। ਡੈਥ 38 ਮੌਤਾਂ ਜਿਹੜੀਆਂ ਦਾ ਜ਼ਿਕਰ ਹੋਇਆ ਹੈ ਕਿ ਇਸ ਦੌਰਾਨ ਪੰਜਾਬ 'ਚ ਹੋਈਆਂ ਨੇ, ਪਸ਼ੂ ਵੀ ਲੋਕਾਂ ਦੇ ਮਰੇ ਨੇ, ਜਾਂ ਸਿਲਟਿੰਗ ਵੀ ਹੋ ਗਈ ਹੈ ਕਾਫੀ ਮਾਮਲਿਆਂ ਦੇ ਵਿੱਚ, ਉਹਨੂੰ ਵੀ ਕਈ ਵਾਰ ਡੀਸਿਲਟ ਕਰਨ ਦੀ ਗੱਲ ਆਉਂਦੀ ਹੈ। ਫਿਰ ਕਰੋਪ ਡੈਮੇਜ ਦਾ ਸਵਾਲ ਹੈ, ਉਹਦਾ ਉਹ ਕਿੰਨਾ ਕੁ ਤੁਹਾਡੇ ਮੁਤਾਬਕ ਹੈ ਇੱਕ ਕੰਪਨਸੇਸ਼ਨ ਦਾ ਤਰੀਕਾ ਹੁਣ ਤੱਕ? ਦੇਖੋ, ਕੰਪਨਸੇਸ਼ਨ ਦਾ ਤਰੀਕਾ ਇਹ ਹੈ ਵੀ ਸਰਕਾਰ ਦੇ ਵੱਲੋਂ ਜਿਹੜੇ ਨੋਰਮਸ ਫਿਕਸ ਕੀਤੇ ਹੋਏ ਨੇ ਕੇਂਦਰ ਸਰਕਾਰ ਨੇ, ਉਹਦੇ ਮੁਤਾਬਕ ਤਾਂ ਇਹ ਹੈ ਵੀ ਜੇ ਤੁਹਾਡੀ ਕਿਸੇ ਦੀ ਜਾਨ ਚਲੀ ਜਾਂਦੀ ਹੈ, ਕਿਸੇ ਮੰਦਭਾਗੀ ਘਟਨਾ ਇਹ ਵਾਪਰ ਜਾਂਦੀ ਹੈ, ਤਾਂ ਉਹਦੇ ਵਾਸਤੇ 4 ਲੱਖ ਰੁਪਇਆ ਹੈ। ਜੇ ਤੁਸੀਂ ਤੁਹਾਡੇ ਕੋਲ ਤੁਹਾਡਾ 60% ਤੱਕ ਤੁਹਾਡੇ ਕੋਈ ਇੰਜਰੀ ਹੋ ਜਾਂਦੀ ਹੈ, ਜਿਹੜੀ ਨਾਲ ਤੁਹਾਨੂੰ 60% ਡਿਸੇਬਿਲਟੀ ਹੋ ਜਾਂਦੀ ਹੈ ਤਾਂ 2.5 ਲੱਖ ਹੈ। ਜੇ ਉਦੋਂ ਘੱਟ ਤੁਹਾਡੀ 40% ਤੋਂ ਘੱਟ ਡਿਸੇਬਿਲਟੀ ਹੈ ਤਾਂ 74,000 ਹੈ। ਇਵੇਂ ਜਿਵੇਂ ਫਸਲਾਂ ਲਈ ਹੈ, ਫਸਲਾਂ ਲਈ ਭਾਰਤ ਸਰਕਾਰ ਜਿਹੜੀ ਹੈ ਰੇਨਫੈਡ ਏਰੀਆਜ਼ ਲਈ, ਜਿਵੇਂ ਆਪਣੇ ਕੰਢੀ 'ਚ ਮਾੜਾ ਮੋਟਾ ਏਰੀਆ ਰੇਨਫੈਡ ਹੈ, ਆਪਣੇ ਤਾਂ ਤਕਰੀਬਨ ਸਾਰਾ ਇਰੀਗੇਟਰ ਰੇਨਫੈਡ ਲਈ ਇਹ ਦਿੰਦੇ ਨੇ ਤਕਰੀਬਨ 3400 ਰੁਪਇਆ ਪਰ ਏਕੜ ਅਤੇ 6500 ਰੁਪਇਆ ਹੈਕਟੇਅਰ ਦਾ, ਅਤੇ ਜਿਹੜੇ ਇਰੀਗੇਟਡ ਏਰੀਆ ਨੇ ਉਹਦੇ ਲਈ ਭਾਰਤ ਸਰਕਾਰ ਦਿੰਦੀ ਹੈ 17,000-17,000 ਰੁਪਇਆ ਪਰ ਹੈਕਟੇਅਰ, ਜਾਂ ਤੁਸੀਂ ਕਹਿ ਲਓ ਵੀ 6800 ਰੁਪਇਆ ਪਰ ਏਕੜ ਦਾ। ਤੋ ਉਹ ਨੋਰਮਸ ਤਾਂ ਕਾਫੀ ਘੱਟ ਨੇ, ਪਰ ਪੰਜਾਬ ਸਰਕਾਰ ਨੇ ਪਿਛਲੇ ਵਾਰੀ ਤੋਂ ਜਦੋਂ ਪਿਛਲੀ ਵਾਰੀ ਕਣਕ ਦੇ ਵਿੱਚ ਦਿੱਕਤ ਆਈ ਹੈ, ਉਦੋਂ ਇਹਨਾਂ ਨੇ ਉਦੋਂ ਨੋਰਮ ਜਿਹੜੇ ਸੀ 5400 ਰੁਪਇਆ ਸੀ ਪਰ ਏਕੜ, ਅਤੇ ਪੰਜਾਬ ਸਰਕਾਰ ਨੇ ਆਪਣੇ ਕੋਲੋਂ 9600 ਰੁਪਇਆ ਪਾ ਕੇ 17,000 ਰੁਪਇਆ ਏਕੜ ਦਾ ਉਸ ਵੇਲੇ ਦਿੱਤਾ ਸੀ ਕੰਪਨਸੇਸ਼ਨ। 17,000 ਰੁਪਇਆ ਕਾਫੀ ਅੱਛੀ ਅਮਾਊਂਟ ਹੈ, ਪਰ ਉਹਦੇ 'ਚ ਲੱਗਦਾ ਹੀ ਹੈ ਵੀ ਉਹ ਅਮਾਊਂਟ ਉਦੋਂ ਦਿੱਤੀ ਜਾਂਦੀ ਹੈ ਜਦੋਂ ਥੋੜ੍ਹਾ 100% ਲੋਸ ਹੋ ਜਾਂਦਾ। ਹੁਣ ਜਿਹੜੇ ਪਨੀਰੀ ਦਾ ਲੋਸ ਹੋਇਆ ਹੈ 1 ਲੱਖ ਹੈਕਟੇਅਰ ਦੇ ਵਿੱਚ, ਜਿੱਥੇ ਖੇਤਾਂ 'ਚ ਖੇਤ ਦੁਬਾਰਾ ਬਰਨੇ ਪੈ ਗਏ, ਇਹਦੇ ਲਈ ਕੋਈ ਨੋਰਮ ਨਹੀਂ ਹੈ ਹਾਲੇ ਤੱਕ। ਮਤਲਬ ਜੇ ਤੁਸੀਂ ਅਦਰਵਾਈਜ਼ ਕਹਿੰਦੇ ਹੋ ਵੀ 30 ਤੋਂ ਜਿਹੜੇ 75% ਤੋਂ ਉੱਤੇ ਵਾਲੇ ਲਈ ਇਹ ਲੋਸ ਹੈ, ਜੇ ਤੁਸੀਂ 33 ਤੋਂ 75 ਤੱਕ ਗਿਣਦੇ ਹੋ ਤਾਂ 33 ਤੋਂ 75 ਤੱਕ ਜਿਹੜਾ ਹੈ ਤਕਰੀਬਨ 4000 ਰੁਪਇਆ ਹੈ SDRF ਦੇ ਵਿੱਚੋਂ ਦਿੱਤਾ ਜਾਂਦਾ ਹੈ, ਅਤੇ 2500 ਰੁਪਇਆ ਸਰਕਾਰ ਦੀ 6500 ਰੁਪਇਆ ਹੈਕਟੇਅਰ ਦਾ ਦਿੱਤਾ ਜਾਂਦਾ ਹੈ। 33 ਤੋਂ ਨੀਚੇ ਕੇਂਦਰ ਸਰਕਾਰ ਦਾ ਹੈ ਨਹੀਂ, ਪਰ ਪੰਜਾਬ ਸਰਕਾਰ 33 ਤੋਂ ਨੀਚੇ 2000 ਰੁਪਇਆ ਦਿੰਦੀ ਹੈ ਪਰ ਏਕੜ। ਤੋ ਇਸ ਲਈ ਸਰਕਾਰ ਦਾ ਪੰਜਾਬ ਸਰਕਾਰ ਨੇ ਜਿਹੜੇ ਨੋਰਮ ਪਿਛਲੇ ਸਾਲ ਫਿਕਸ ਕੀਤੇ ਸੀ ਉਹਦੇ ਅਨੁਸਾਰ
भारत सरकार आलमोस्ट जिन्ना क भारत सरकार दी है वो सवा क 100% वध पा के सानू हले जो मुआवजा दिता जा रहा है। इवें जिवें डंगर लई है भी थोड़ी मैच रुड़ गई 37,000 रुपया, मतलब एक्चुअली बकरियां लई सारे लिए नॉर्मस है, घर भी है, घर हूँ 1,20,000 रुपया। बकरियां वाले तो मैं देखता किसी मुंडे ने सरदूलगढ़ एरिए बकरियां का नवा काम किया, काफी वीडियो देखो 1,20,000 रुपया देने ठीक है, उन्होंने रिलीफ तो मिले है, पर जिहदा काम ही जिहदियां सारियां रुड़ी गई जिन्हें नवा काम शुरू किया लॉस तक किसी तरीके भी पूरा नहीं हो सकता। जो लॉस ऑफ लाइफ कला जो मवेशी है वो लॉस ऑफ लाइफ नहीं है, वो लाइवलीहुड का जी है उपजीवका जी उतो कमाई से विद टाइम सारा भी लॉस होया है, तो इस करके प्रॉब्लम तो है ने, पर कुदरती करोपियां होंगे ने हमेशा लॉस जो है उन्होंने 100% पूरा कदम भी किया नहीं जाता। ईवन जो 4,00,000 रुपया भी आप कहने 4,00,000 रुपये जी फैमिली का कोई ब्रेडविनर मर गया वह 4,00,000 रुपये की बनता, कुछ भी नहीं बनता, तो वो भी फिर हले ये नहीं पता भी कदों की सरकार प्रोसीजर होनगियां किमें किमें दिता जाऊगा, वो भी समस्यावान कई बार रह जाए ने, कई जो योग व्यक्ति ने जो जिन्हों एक्चुअली मिलना होंगे लॉस होया हों पटवारी राही अजे बाकी चीजा आनी ने ना कितों की होना की नहीं, जो गुरदारी पानी वह पानी उतरते, पर साडे चीफ मिनिस्टर ने तो ऐलान बई कई बार किया कि डैमेज तो पहला मुआवजा मिलेगा, पटवारी बाद च देखा जाएगा, जो भी चीजा होंदिया ने बाद च देख लांगे, कई बार ये चीजा होंदिया ने हो भी सकदियां कितें जां कितें होंदियां ने, और जे हो जाणे मान लो कोई रिलीफ है सरकार इहो जिही रिलीफ दे दिंदे चल इन्ने तां असीं हुणे दिंदे असीं देख लिया वोटां जां, बाकी असीं जदों मेन गिरदावरी आएगी उदों देख के दे दांगे जो भी चीजा होंदियां ने, कोई इट मीन जे नॉर्मज नूं दुरुस्त करन वाला तां हैगा ही है ना, नॉर्मज नूं दुरुस्त करन वाला भी है, पर एक्चुअली जिहड़ी इमीडिएट जिहड़ी इह नॉर्मज है नॉर्मज भी ने जिहड़े उह भी एक्चुअली कंपनसेशन देनी हैगी है, जिहनूं आपां बारी बारी कंपनसेशन कह रहे हैं, वह भी एक्चुअली की है जिवें साडा एग्रीकल्चर का है उहदे उत्ते क्लीयरली लिखा है फार सोइंग द अल्टरनेट क्रॉप, वो तो अगली क्रॉप के बीजा का प्रबंध करने लिए खादा का प्रबंध करने लिए लिए है, जो पुराना हो गया अलग गल, हाँ जो पुराना हो गया वह चाहे चाहे फसली बीमा करो चाहे कुछ होर करो कोई कंपनसेशन नहीं है, एटलीस्ट वो नहीं है कंपनसेशन। डॉक्टर साहब एक गल चल रही थी डॉक्टर साहब पिछले दिनों खबर खबर छपिया ने कि पहला पंजाब क्रॉप इंश्योरेंस के नहीं सी, जो PM क्रॉप इंश्योरेंस लगातार चलती है क्योंकि असं यह समझते रहे कि साढ़े तो इरीगेटड है टोटली है डैमेज घट होंगे जो भी चीज़ा ने असं अपने ढंग हूँ चल रही थी कि काफ़ी नेड़े गल लगी है कि जी असं उन्होंने क्रॉप इंश्योरेंस पॉलिसी शायद इंप्लीमेंट करने की कोई गल हो रही है कितना ना कितना। ये पिछले 3-4 महीने तो ना जी असं मालवे के जोड़े जिले से उत्तर कॉटन का प्रबंध कर रहे थे, तो इस बार असं बड़ी कोशिश की है टेलों तक पानी पहुँचाने की, जिनी पहला टाइम तो पहला असी जिन्या भी उत्ते साड़ियां नहरां सी जां उहनां दे खाले सीगे वो पूरे असी क्लीन करवाते सीगे, अप्रैल तक जिहड़ा पानी असी एंड टेलां तक पुज्जदा करता सीगा। उहनां दिनां दे विच गल चलदी सी भई जिहड़ा इह क्रॉप इंश्योरेंस दी पॉलिसी आपां नूं लियाउणी चाहीदी है, एक बार दो बार चली वी है लेकिन हुण सरकार ने यह फैसला किया भी अगले साल तो इहदे बारे असी विचार करांगे, तो इस साल मेरे ख्याल च हजे नहीं कोई इस तरह की कोई चली है। जिथों तक मैं कॉटन की गल जरूर कहनी भी इस बार पर क्रॉप इंश्योरेंस भी एक गलता है भी हुणे लगी है फसल ते उहदा इंश्योरेंस भी किन्ना क बनवाउणा, इस नूं ड्राफ्ट करना किवें पॉलिसी बननी है वह साडे कोल टाइम नहीं सीगा, तो थोड़ा यह जिहड़ा फैसला यह सरकार लैवल का है तो अगले साल तो जरूर इहदे बारे कंसीडर सरकार करेगी, तो इस साल नहीं की कर रही है। तो मैं थोड़ा कॉटन के संबंध में यह गल दसनी चाहता भी कॉटन का एरिया तो जरूर पिछले साल नालों घटिया, हुण 2,00,000 हेक्टेयर रकबा जिहड़ा साडे इस बार हैगा, लेकिन इस बार असी पहलां तो जिहड़ी तैयारी करदे सी उहदा रिजल्ट इह आया कि इस वेले बहुत ही वधिया क्रॉप खड़ी है, क्रॉप दा स्टैंड इन्ना वधिया। कॉटन एरिया च पानी दा की हाल है फ्लड दा? पानी इस कॉटन एरिया दे एक थोड़ा जिहा प्लस पॉइंट इह रिहा वी बारिशां उत्थे घट होईआं ने, जे बारिशां ज़्यादा हो जांदियां तां कॉटन दी फसल नूं नरमे दी फसल नूं नुकसान होना सी, लेकिन अज तक साडे कोल जिहड़ी कॉटन दी कोई इदां दी प्रभावित किन्ना रकबा होइआ इदां दी कोई रिपोर्ट नहीं आई, तो थोड़ा जा किते किते सानू कदे कदे गुलाबी सुंडी का कई बार कितने सुन मिलता 1-2%, लेकिन साढ़े जोड़े फील्ड के है असी किसान मित्र भी इस बार डिप्यूट किए हैं सुपरवाइजर डिप्यूट किए हैं, तो बाकी साढ़ा अपना जोड़ा फील्ड स्टाफ है वो मेरे हिसाब ने तो खेत टू खेत जो फार्मर है वो तक पूरे वो टच च ने,
जे कितने भी कोई प्रॉब्लम आती है तो जिन्हें भी साढ़े को अल्टरनेटिव है स्परे असं उन्होंने जी एक डिपार्टमेंटल कोआर्डीनेशन होंगी है मतलब ये बहुत डिपार्टमेंट इनवॉल्व ने कोई एक कला तो नहीं खेती का अपना डिपार्टमेंट है एनिमल हसबेंडरी का अपना डिपार्टमेंट है रेवन्यू डिपार्टमेंट का बहुत ज्यादा इनवॉल्वमेंट ये सारे मामले रही है फ्लड के नाल तो सगों हेल्थ डिपार्टमेंट बहुत नेड़े जुड़ता है जिहड़ियां चीज़ां उदों बाद जे हुण पैदा हो जांदियां ने उह सारियां उह कोआर्डीनेशन दा लैवल ग्राउंड ते तुहानूं किवें लग रहा बिल्कुल ठीक है जी कल असीं जदों घग्गर दे एरिए च घूम रहे सीगे ते एनिमल हसबेंडरी दे जिन्ने भी सीनियर मोस्ट ऑफिसर सीगे साडे नाल सीगे साडी स्टेट लैवल दे असीं अफसर सीगे जां फील्ड दे सीगे बिल्कुल तालमेल है इंटर डिपार्टमेंटल ईवन जे असीं कॉटन दी भी गल करिए तां जिन्हें भी मानजोग उत्थे डीसी साहबान से इनवॉल्व से उन्होंने सुपरविजन की ईवन जिहड़ियां असी कनाल दीआं सफाइयां कीतीआं नहरां दीआं सफाइयां कीतीआं मानजोग जिहड़े साडे सकत्तर साहब ने श्री किशन कुमार जी उन्होंने साडा बहुत डट के साथ दिता इसे करके भी साडी क्रॉप का स्टैंड यह वधिया रहा क्यों क्रॉप जदों नरमे की फसल कदे अगे मरी है जां पीली जां चिट्टी मक्खी पै गई जां इह पीली दूजी गुलाबी सुंडी पै गई तां जो जदों भी कोई बीमारी पैंदी है किसी माड़े आंसर नूं पैंदी है चाहे वह बूटा हो चाहे कोई इंसान हो तो कई बार अगे जी फसल से वह हैल्दी क्रॉप नहीं सी पूरी कामयाब क्रॉप नहीं सी वो इस बार जिन्ना भी असं उन्होंने न्यूट्रिएंट्स वगैरह दिते ने ना चाहे खादा पाइया चाहे छोटे जिहड़े न्यूट्रिएंट्स दिते ने वो टाइमली दे हुए टाइमली देन दे नाल इस वेले तक सानूं कोई प्रॉब्लम नहीं है सो जिहड़ी तुसीं इंटर डिपार्टमेंटल की गल कही है वो बिल्कुल साडा रेवन्यू डिपार्टमेंट चाहे एनिमल हसबेंडरी है जां असीं है जां नहरी विभाग है ये सारे तालमेल बना के चल इन मामलों सब ये हो जाता नॉर्मली जो आफत आती है सरकार बहुत पहला एक ऐलान कर दया ने कि मारीटोरियम है भाई ब्याज का इस सीजन चाह ब्याज नहीं लिया जाऊगा किसान घट्टो घट्ट ही रिलीफ दे रहे असं कोई गल नहीं बाकी का लोन सगो रोकया नहीं जाएगा कोई कंपनसेट किया जाए तुरंत भी ये चीज़ा हो एक तो हमें कम रिलीफ जो आएगी वह तो एक अलग गल होती है एक इमीडिएट रिलीफ के कुछ कारण भी होंगे जो स्टैप होंगे जो तुरंत अनाउंस हो जाते हैं उन्होंने लगता है कि हाँ आप चीज़ा जो बंदे ते बोझ है मतलब पिछले दिनों के आप देखते हैं बड़े लंबे समय तो इशू है पंजाब के जोड़ा किसान खुदकशियां का करजे करके चाहे खेत मजदूर का जे वो बर्डन रहता है बंदे किसी ना किसी रूप के मतलब वो इन्ना नाजुक चीज़ है जिन्होंने पहला एड्रैस करने की लड़ है भाई इदो नहीं बधेगा तेरा कोई गल नहीं असी आह करता असी आह करता असी आह करता और मैनू तो हूँ ये लगता है भी वो मैं काफ़ी लंबे समय तो खुदकशी या करजा कद गल ही नहीं सुनता भी कोई प्रॉब्लम भी है कि ना कि समाज के कद डिस्कस ही नहीं हो रहा तो मतलब कबूतर अखा मीचले तो कम चल जाता कि बिल्ली कहे चल कोई गल नहीं कितना कितने हो जाता नहीं देखो ये तो नहीं है खुदकशियां तो लगभग जारी हुई ने किसानों दियाँ मैं हुण ही मेरा ख्याल है पिछले तो पिछले सैशन के एग्रीकल्चर मिनिस्टर कह रहे थे भी देश दे विच पिछले 50 साल तकरीबन 28,000 के करीब खुदकशियां हुई ने जिचों तकरीबन 50 साल 10,000 के करीब महाराष्ट्र कले च ने नंबर अपने भी ने मतलब अपने भी पंजाब भी काफ़ी हुई ने मेरे ख्याल 1,000 तो 1200 तो वध ने पंजाब 50 साल खुदकशियां ने तो खुदकशियां तो सिलसिला तो लगातार जारी है ये दो गल्लां एक्चुअली असीं एक जदों कमेटी जी बनी सी एक सरकार ने बनाई सी कमेटी मैं मैंबर सैकटरी से जो असी किया पॉलिसी बनाई सी भी किसानों को रिलीफ किस तरह मिलना चाहिए पीड़ित परिवारों को एक्चुअली उस कमेटी ने यह कहा भी असी तुसी 3 लाख रुपया दो 3 लाख रुपये के जोड़ा ऑन द स्पॉट है वह 50,000 दो बाकी 2,500 की जी है वह जी पीड़ित परिवार है उन्होंने जमा करा दो उन्होंने नाते चलो जी 8% ब्याज भी आता तो भी साल का 20,000 रुपया ब्याज आता 2,000 रुपया महीना तो आई जाता बच्चों दीसा दिस दैट वो चली जाता नहीं हूँ हो की रहा भी जोड़े जो असि पिंड गए हैं माड़ा मोटा तो बच्चों के पढ़ाई के उत्ते बहुत ज़्यादा असर पै रहा और उन्होंने भी लड़कियों की पढ़ाई से बहुत ज़्यादा असर पै रहा मतलब लड़कियों का लगभग जिन्हें खुदकशी पीड़ित परिवार ने उन्होंने लड़कियों का लगभग 50% परिवार दिन स्कूल जाने हट गई ने या उन्होंने हटा लिया गया तो ये जोड़े दिक्कत यदि हैगी है चल रही है असी ये एक होर सजैशन दी सरकार भी तुम एक एग्रीकल्चर रिस्क मैनेजमेंट फंड पैदा करो उसके वास्ते असी किसान जथेबंदियों गल की असी कहा भी तुम जोड़ा है 2 रुपये कणक की बोरी मगर तो 1 रुपया झोने की बोरी मगर
भी एक किसान भी कहते हैं अभी दे देंगे भी इन्ने पैसे केंद्र सरकार पा दे इन्ने ही पंजाब सरकार पा दे 128 लाख टन बहुत ज्यादा अमाउंट है जो साढ़े को तकरीबन वीट है ज 120 लाख टन झोना तो 160 लाख टन के करीब झोना तो 128 लाख टन के करीब कणक जी खरीदी जाती है एक काफ़ी वड्डा कॉर्पस बन सकता जिद सारिया इमीडिएट जी गल कर सकते हैं और यह एक फायदा होर भी है भी जिन्हें जिदे को जिन्ना थोड़ा मार्केटिंग सरप्लस है उन्होंने उन्ने घट पैसे देने पैदा ने जिद को जिन्ना वाद है जिद को वाद है जमीन वाद है जिंद पैदावार वाद है जो दो रुपये वाद भी देने पैगे तो वो झल लेंदा है भी जी सोशल इक्विटी है वह भी अकॉर्डिंगली बंदा अपनी समर्था के मुताबिक या अपनी आमदन के मुताबिक माड़ा मोटा योगदान पाँदा है भी एक्चुअली गल्लां जिहड़ियां ने फाइलां फूलों ही रह गईयां पर यह सब तो सौखा काम पंजाब सरकार लिएगा कि भी एक फंड बनाया जाता जिद किसान भी पाने तैयार से जे सरकार ज्यादा दुगुण कर सकती है जिवें हुण 1800 96 पाता 5400 तो जो यह जहाँ फंड बना के किसानों दुगने पैसे भी पा लेने कि लंबी चौड़ी गल फाइलों च तो मैं जौल साहब की इंटरव्यू की पिछे वो रिव्यू कहते 10 रिपोर्टा यह जो फाइलों च पे हेठा तो उपर तक लवे की लड़ नहीं है जेकर उन्होंने थोड़ा जहा देख लिया जाए पढ़न की खेचड़ की जाए असैम्बली कितना कित चर्चा की जाए यह सुसाइड विक्टम परिवार से भी कमेटी बनी सी विधानसभा की कैप्टन अमरिंदर सिंह की सरकार वेले MLA जड़े वे वो रिपोर्ट भी किसी ने मैं लगता मुड़ के देखी नहीं है विधानसभा भी कितने गई विधानसभा बड़ी भी नहीं देखी उस तो पहले जी असी लिखी सी डॉक्टर हक के थले कमेटी थले भी करजे वाली क्योंकि देखो 2015 तो बाद केंद्र सरकार ने यह जो पहली गलत है मैं ये दो गल्डे प्रोग्राम का फायदा लिया के होर कर ला भी एक तो जो खुदकशियां ने इन्हों का डाटा जोड़ा है वो मेरे हिसाब न प्रोपरली नहीं होंगे क्योंकि साढ़े हाले भी धारा 309 ये अधीन जो सुइसाइड करना है वो एक क्राइम है तो जो बंदा पुलिस वाले को पुलिस वाले पहले तो यही कहें छो परे यार जान दो कहू एवं कि चक्कर च पे हो तुम थोड़ू की मिलना इतों सरकार को भी अंकड़े प्रोपरली कट्ठे नहीं होंगे एक तो वैसे ही निंदन योग वर्तारा है जो सुइसाइड है दूजा वो क्राइम क्रिमिनल अपराधिक मामला भी है इस करके डाटा ही प्रोपरली कट्ठा नहीं होगा फिर हम केंद्र सरकार ने 2015 तो बाद जो रीजनिंग देने बंद करते हालांकि 2015 के भी देश के 51% सुइसाइड का जो कारण से वो करजे से करजे का बोझ से पर मैं दूजे लोग सोचता मैं उदों तो चलो एक्टिव सर्विस के भी असी भी नफीस ने नवार ने सर्वे किया भी नवार्ड ये कहना भी साढ़े सारे देश के सिर्फ 30.3% तीजा हिस्सा भी नहीं उदू भी घट लोगों संस्थागत करजा मिलता है भी जे करजे का बोझ जे जे करजे 30% लोगों को मिलता है तो 51% लोग करजे के बोझ के कारण किस तरह बनते हैं तो यह मतलब यह भी जिहड़ियां स्टेटां चंगीयां ने जिवें पंजाब है साढ़े एक्चुअली क्योंकि कर्जा ज्यादा लिया हुआ है मतलब साढ़े वो जी जो नैशनल सर्वे होंगे वो जो स्टेट का सर्वे है डाटा लुक ही जाता है डाटा उभर के सामने ही नहीं आता तो हूँ तो सरकार केंद्र सरकार ने नैशनल क्राइम रिकॉर्ड ब्यूरो ने डाटा ही रीजन का डाटा देना ही बंद करता तो मतलब कला तेरी गल जी है की साहब अमीर सिंह भी अखा मीचण बिल्ली नहीं चली जाती बिल्ली नहीं गई है ये बरतारा हाले जारी है जो परिवार बिल्कुल जी आफत ने होर बता दें क्योंकि एक तो बाकी समाज की हम पिंड है पिंड जो पिंड सारा पिंड ही घिर गया है हम असी की देना कहना जे तेरे कपड़े रुड़ गए 2500 रुपया परिवार मगर जे तेरे भांडे रुड़ गए 2500 रुपया परिवार मगर यार की आता उन्होंने मतलब नॉर्म ने सारे मतलब नॉर्म ने मतलब असि नॉर्मा कुछ नहीं बनता तो जोड़ा हूँ जिमें साढ़े गुरद्वारा साहब ने लंगर लाए हुए ने उन्होंने लोग सेवा हो रही है पर जेड़े पिंड सारा पिंड ही डुब गया जिमें कुछ पिंड ने मेरा ख्याल घटो घट 10-15 पिंड ने इतनी पंजाब के जेडे इन्होंने हड़ा च बिल्कुल ही तिने पास पानी ना घिर गए हैं तो उन्होंने पिंड जे कोई जिसे किसी यही जी घटना वापर गई वो पिंड वाले भी उसकी हेल्प नहीं कर सकना 6 महीने का आप ही सदमे च आप ही सारे सदमे च तो इसलिए काफ़ी जी है सानू इस विपता की समय के ऑफकोर्स समाजिक जिहड़ियां ऑर्गेनाइजेशन ने उन्होंने काफ़ी इकट्ठा होकर काम करने की लोड़ है एक्चुअली नॉर्मली जेडे एक जिन्होंने आंध्र प्रदेश की सुसाइड का बहुत वड्डा मुद्दा उभारिया जो वड्डे पत्र पी साईनाथ जिन्होंने हिंदू च लगातार लिख के उभारिया वो नॉर्मली कहें इतने पंजाब च भी आए कई बार वो कहें भी किसानी करजे का संकट किसानों का संकट नहीं सिविलाइजेशन का संकट है सभ्यता का जब बंदा मर रहा है तो उसके बारे सोचना बंद कर जो
क्यों मर भी रहा है, यह मतलब सिविलाइजेशन डेड हो रही है, तुहाडा जिहड़ा मनुख होने दे करके एक संवेदना जिहड़ा संवेदना का पहलू है वह चीज जिहड़ी उस पासे वल नहीं आ रही किसी भी रूप दे विच। ते इस तों बाद हुण पिछले दिनां दे विच जिहड़ी एक पॉलिसी नवी भी ड्राफ्ट हो रही सी, कहिंदे सी नवी ड्राफ्ट आउणी है, एक तां इहनां वेले भी सी डॉक्टर कालकट सीगे उदों भी होई ते फिर अजय वीर सीगे किसान कमिशन दे चेयरमैन उदों दी भी पई हुई है शायद पॉलिसी, एक नवी कहिंदे होर बननी सी, हुण मिनिस्टर साहब नवे आ गए कहिंदे अजे थोड़ी देर होर नहीं बननी, जिन्ना चिर मिनिस्टर साहब ने भी देखना है ना कि सारा सैटअप दे विच। मैनू लगता मोटिया पॉलिसी तो किसान दसते ही दस ही देंगे ने लोगों को, भाई सानू तो आ चाहिए है ना, वो करना किवें है ये देखना होंगे, डिपार्टमेंट का अपना रोल है, सरकारां का अपना रोल है, पॉलिसी मेकर तो एक्चुअली असी असैंबलियां चुन के ही भेजते हैं ना, जिहड़े बंदे कहिंदे आ वी तुसीं भाई आह कानून बनाउणा है तुसीं आह करना है, अगे एग्जीक्यूशन का लैवल आउंदा फिर बाकी दा सारे मामलों के विच। तो हुण जिहड़ियां इहो जिहियां ट्रैजडीज आ जांदियां ने, तां वड्डी ट्रैजडी है, चलो सब का फोकस हो गया इस सारे मामले के विच, ਤਾਂ ਇੱਕ ਅੰਦਾਜ਼ਾ ਕਿੰਨਾ ਕਹਿ ਕੇ ਜਿਹੜੀ ਰਿਲੀਫ ਵੀ ਮਿਲੂਗੀ ਮਿਲਦੀ ਹੈ ਇਹ ਕਿੰਨਾ ਕੁ ਸਮੇਂ ਬਾਅਦ ਮਿਲਦੀ ਹੈ ਐਵਰੇਜ, ਤੁਹਾਨੂੰ ਕੀ ਲੱਗਦਾ ਕਿ ਜਦੋਂ ਜਦੋਂ ਪਾਣੀ ਘਟੂਗਾ ਫਿਰ ਉਹ ਪਟਵਾਰੀ ਕਰਨਗੇ ਗੁਰਦਾਰੀ, ਫਿਰ ਗੁਰਦਾਰੀ ਦੀ ਰਿਪੋਰਟ ਆਏਗੀ, ਇਹਦਾ ਮਤਲਬ ਦੋ ਜਦ ਤੱਕ ਤਾਂ ਫਿਰ ਉਹ ਬੀਜ ਲਈ ਵੀ ਨਹੀਂ ਮਿਲਣੀ ਰਿਲੀਫ, ਜਾਂ ਉਦੋਂ ਪਹਿਲਾਂ ਕੋਈ ਹੋਰ ਤਰੀਕਾ ਆਏਗਾ ਮਿਲ ਸਕਦੀ ਹੈ? ਦੇਖੋ ਕੱਲ੍ਹ ਸਾਡੇ ਮੰਤਰੀ ਸਾਹਿਬ ਨੇ ਕਿਹਾ ਵੀ ਹੈ ਵੀ ਜਿਹੜੀ ਜਿਹੜੀਆਂ ਪਸ਼ੂਆਂ ਦੇ ਲਈ ਜਿਹੜੀ ਦਵਾਈਆਂ ਉਹ ਉਹਨਾਂ ਲਈ ਫੰਡ ਜਿਹੜੇ ਜਾਰੀ ਕਰ ਚੁੱਕੇ ਹੋਏ, ਕੱਲ੍ਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਿਹਾ ਉੱਥੇ। ਅਤੇ ਜਿੱਥੋਂ ਤੱਕ ਫਸਲਾਂ ਦੇ ਮੁਆਵਜ਼ੇ ਦਾ ਸੰਬੰਧ ਹੈ, ਉਹ ਕੱਲ੍ਹ ਵੀ ਉੱਥੇ ਗੱਲ ਹੋਈ ਸੀ ਵੀ ਗੁਰਦੌਰੀ ਤਾਂ ਕਿਉਂਕਿ ਇਹਦਾ ਜਿਹੜਾ ਸਾਰਾ ਨੁਕਸਾਨ ਦਾ ਜਾਇਜ਼ਾ, ਚਲੋ ਜਿਹੜਾ ਡਿਪਾਰਟਮੈਂਟ ਆਫ ਐਗਰੀਕਲਚਰ ਹੈ ਉਹ ਅਸੀਂ ਐਸਟੀਮੇਟਡ ਤਾਂ ਦੇ ਚੁੱਕੇ ਹਾਂ ਵੀ ਇੰਨਾ ਖਰਾਬ ਹੋ ਗਿਆ, ਜਿਹੜਾ ਫਾਈਨਲ ਹੈ ਉਹ ਜਦੋਂ ਤੱਕ ਉਹਨਾਂ ਦੀ ਗੁਰਦੌਰੀ ਵਿੱਚ ਇੰਦਰਾਜ ਨਹੀਂ ਹੁੰਦਾ ਵੀ ਕਿੰਨਾ ਬਣੇਗਾ, ਉਸ ਤੋਂ ਮੇਰੇ ਖਿਆਲ 'ਚ ਬਾਅਦ 'ਚ ਹੀ ਹੋਏਗਾ ਜੀ। ਅਤੇ ਜਿੱਥੋਂ ਤੱਕ ਡਾਕਟਰ ਸਾਹਿਬ ਸੁਸਾਈਡ ਦੀ ਪੋਲਿਸੀ ਦੱਸਦੇ ਸੀ ਉਹ ਚੱਲ ਰਹੀ ਹੈ ਅਜੇ ਵੀ ਜੀ? ਪੋਲਿਸੀ ਤਾਂ ਹੈ, ਡਾਇਰੈਕਟਰ ਐਗਰੀਕਲਚਰ ਮੈਂਬਰ ਸੈਕਟਰੀ ਨੇ ਅਤੇ ਜਿੰਨੇ ਵੀ ਸਾਡੇ ਡਿਸਟ੍ਰਿਕਟ ਹੈ ਉਹਦੇ ਵਿੱਚ ਸਾਡੇ ਜਿਹੜੇ ਚੀਫ ਐਗਰੀਕਲਚਰ ਉਹ ਮੈਂਬਰ ਸੈਕਟਰੀ ਨੇ ਅਤੇ ਚੇਅਰਮੈਨ ਉਹਨਾਂ ਦੇ ਜਿਹੜੇ ਜ਼ਿਲ੍ਹੇ ਦੇ ਡੀਸੀ ਸਭਾ। ਪਰ ਮੈਂ ਪਿਛਲੇ ਦਿਨਾਂ 'ਚ 5 ਡੀਸੀਆਂ ਤੋਂ ਚੈੱਕ ਕੀਤਾ ਕਿ 1 ਸਾਲ 'ਚ ਉਹ ਅੱਗੇ ਤੁਰੀ ਕੋਈ ਫਾਈਲ ਕਿਤੇ ਮਾੜੀ ਮੋਟੀ ਕੋਈ ਗੱਲ ਹੋਈ, ਕਹਿੰਦੇ ਸਾਲ 'ਚ ਨਹੀਂ ਕੁਝ ਹੋਇਆ ਵੈਸੇ, ਅਤੇ ਕਿਸੇ ਨੂੰ ਕੰਪਨਸੇਸ਼ਨ ਨਹੀਂ ਮਿਲਿਆ ਮਤਲਬ ਜਿਹੜਾ ਉਹ 3 ਲੱਖ ਦਾ ਵੀ ਸੀਗਾ, ਕਿਉਂਕਿ ਮੈਨੂੰ ਲੱਗਦਾ ਮੈਂ ਮੀਟਿੰਗ ਹੁੰਦੀ ਵੀ ਨਹੀਂ ਸੁਣੀ ਹੁਣ। ਮੀਟਿੰਗ ਜ਼ਰੂਰ ਹੁੰਦੀਆਂ ਨੇ ਜੀ, ਉਹਦੇ 'ਚ ਕੋਈ ਕਈ ਵਾਰੀ ਕੋਈ ਟੈਕਨੀਕਲ ਪੁਆਇੰਟ ਹੁੰਦੇ, ਕਿਉਂਕਿ ਮੈਂ ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਨਗਰ 'ਚ ਵੀ ਚੀਫ ਰਹਿ ਕੇ ਆਇਆ, ਮੀਟਿੰਗ ਦੇ ਵਿੱਚ ਹੈਲਥ ਵਾਲੇ ਬੈਠਦੇ ਨੇ, ਪੁਲਿਸ ਵਾਲੇ ਬੈਠਦੇ ਨੇ, ਉਹ ਤਾਂ 5 ਬੰਦਿਆਂ ਦੀ, ਉਹਨਾਂ 'ਚ ਜਿਹੜੇ ਵੀ ਉਹਨਾਂ ਨੂੰ ਉਹ ਰਿਕੁਆਇਰਮੈਂਟ ਹੁੰਦੀ ਹੈ ਨਾ ਜੀ, ਉਹ ਚਾਹੇ ਉਹ ਇੱਕ ਤਾਂ ਉਹ ਵਿਸਰੇ ਦੀ ਰਿਪੋਰਟ ਬਹੁਤ ਦੇਰ ਬਾਅਦ ਆਉਂਦੀ ਹੈ, ਫਿਰ ਮੀਟਿੰਗ 'ਚ ਸਾਰੀਆਂ ਪ੍ਰੋਸੀਡਿੰਗ ਹੁੰਦੀਆਂ, ਕੋਈ ਨਾ ਕੋਈ ਕੋਈ ਫਾਲਟ ਆ ਜਾਂਦਾ ਤਾਂ ਉਹਨੂੰ ਦੂਰ ਕਰਨ ਲਈ ਟਾਈਮ ਜ਼ਰੂਰ ਲੱਗ ਜਾਂਦਾ, ਲੇਕਿਨ ਜਦੋਂ ਫਾਈਨਲ ਸਾਰਾ ਕੁਝ ਹੋ ਜਾਂਦਾ ਤਾਂ ਉਹ ਡੀਸੀ ਸਾਹਿਬ ਵੱਲੋਂ ਜਿਹੜੀ ਉਹ ਮਨਜ਼ੂਰ ਕਰਕੇ ਸਟੇਟ ਨੂੰ ਭੇਜ ਦਿੰਦੇ ਨੇ, ਤਾਂ ਜਦੋਂ ਸਟੇਟ ਕੋਲ ਫੰਡਸ ਹੁੰਦੇ ਨੇ ਤਾਂ ਉਦੋਂ ਜਾਰੀ ਹੋ ਜਾਂਦਾ। ਵੈਸੇ ਸਿੰਧ ਸਾਹਿਬ ਜਿੱਦੀ ਕਿ ਮੈਂ ਪੜ੍ਹੀ ਹੈ ਰਿਪੋਰਟ ਜਿਹੜੀ ਪਾਲਿਸੀ 'ਚ ਕਿਸੇ ਵਿਸਰੇ ਰਿਪੋਰਟ ਦੀ ਲੋੜ ਨਹੀਂ ਹੈ, ਮਤਲਬ ਪਾਲਿਸੀ 'ਚ ਕੀ ਸੀਗਾ ਜਿਹੜਾ ਮੈਂ ਦੇਖਿਆ, ਨੰਬਰ 1 FIR, ਨੰਬਰ 2 ਇਮੀਡੀਏਟ ਜਿਹੜਾ ਚੱਲ ਪੋਸਟਮਾਰਟਮ, ਜੋ ਵੀ ਉਹਨੇ ਕਿਹਾ ਵੀ ਜ਼ਹਿਰ ਖਾਧੀ ਜੋ ਵੀ ਖਾਧਾ ਜਿਹੜਾ ਵੀ ਚੀਜ਼ਾਂ ਹੋਈਆਂ ਉਹ ਇੱਕ ਅਲੱਗ ਪਹਿਲੂ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਅਤੇ ਉਹਦੇ 'ਚ ਤਾਂ ਹੋਰ ਵੀ ਕੋਈ ਗੱਲ ਨਹੀਂ ਹੈ, ਬਾਅਦ 'ਚ ਐਡੀਸ਼ਨ ਕਰਤੀ ਕਰਜ਼ਾ ਤੇਰੇ ਨਾਲ ਹੈ ਕਿ ਨਹੀਂ, ਜ਼ਮੀਨ ਤੇਰੇ ਨਾਲ ਹੈ ਕਿ ਨਹੀਂ, ਫਲਾਨਾ ਤੇਰੇ ਨਾਲ ਹੈ, ਇਹ ਬਾਅਦ ਦੀਆਂ ਗੱਲਾਂ ਨੇ, ਓਰੀਜਨਲ ਪਾਲਿਸੀ 'ਚ ਕਿਤੇ ਨਹੀਂ ਹੈ। ਨਹੀਂ ਐਕਚੁਲੀ ਯੈਸ, ਜਦੋਂ ਪਾਲਿਸੀ ਇੰਪਲੀਮੈਂਟ ਹੋਈ ਹੈ ਉਹਦੇ 'ਚ ਹੌਲੀ ਹੌਲੀ ਜਿਹੜੀਆਂ ਨੇ, ਐਕਚੁਲੀ ਕਈ ਵਾਰੀ ਕੀ ਹੁੰਦਾ ਨਾ ਕੁਛ ਅਧਿਕਾਰੀ ਇਹੋ ਜਿਹੇ ਹੁੰਦੇ ਨੇ ਜਿਹੜੇ ਪੂਰੇ ਤਰੀਕੇ ਨਾਲ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ, ਸਹੀ ਗੱਲ, ਜਾਂ ਉਹਨੂੰ ਗੱਲ ਨੂੰ ਲਟਕਾਉਣਾ ਚਾਹੁੰਦੇ ਹੁੰਦੇ ਨੇ, ਅਦਰਵਾਈਜ਼ ਉਸ ਪਾਲਿਸੀ ਦੇ ਵਿੱਚ, ਕਿਉਂਕਿ ਪਾਲਿਸੀ ਮੇਰੀ ਡਰਾਫਟ ਕੀਤੀ ਹੋਈ ਹੈ ਜਦੋਂ ਅਸੀਂ ਮਤਲਬ ਪਿਛਲੀ ਸਰਕਾਰ ਸੀ ਅਤੇ ਸਾਡੇ FCD ਦੇ ਦਸਤਖਤ ਨੇ ਉਹਦੇ ਉੱਤੇ ਐਗਰੀਕਲਚਰ ਡਿਪਾਰਟਮੈਂਟ ਤੋਂ, ਉਹਦੇ ਵਿੱਚ ਅਸੀਂ ਇਹ ਵੀ ਲਾਈਨ ਲਿਖੀ ਹੋਈ ਹੈ ਲਾਸਟ ਦੇ ਵਿੱਚ ਵੀ ਕਮੇਟੀ ਨੂੰ ਪੂਰਾ ਅਖਤਿਆਰ ਹੈ ਕਿ ਉਸ ਕੇਸ ਨੂੰ ਸਮੁੱਚੇ ਪੱਖਾਂ ਤੋਂ ਵਿਚਾਰਦੇ ਹੋਏ ਜੇਕਰ ਕਾਗਜ਼ ਪੱਤਰ ਨਹੀਂ ਵੀ ਪੂਰੇ ਤਾਂ ਵੀ ਉਹ ਕੰਪਨਸੇਸ਼ਨ ਦੇਣ ਦਾ ਫੈਸਲਾ ਕਰ ਸਕਦੇ, ਮਹਿਸੂਸ ਕਰਦੀ ਹੈ ਕਿ ਉਹ ਮਹਿਸੂਸ ਕਰਦੀ ਹੈ, ਅਤੇ ਉਹ ਹੁਣ ਮੇਰਾ ਖਿਆਲ ਇੱਕ ਵੀ ਕੇਸ ਦੇ ਵਿੱਚ ਇਹ ਫੈਸਲਾ ਤਾਂ ਹੋਇਆ ਹੀ ਨਹੀਂ। ਉਹ ਫੈਸਲਾ ਤਾਂ ਹੁੰਦਾ ਨਾ, ਮੈਂ ਨਹੀਂ ਸੁਣਿਆ, ਮੈਨੂੰ ਤਾਂ ਕਈ ਸਰਪੰਚ ਫੋਨ ਕਰਦੇ ਨੇ, ਸਰਪੰਚ ਹਾਲਾਂਕਿ ਕਮੇਟੀ ਦਾ ਮੈਂਬਰ ਹੈ, ਹਾਂ ਸਰਪੰਚ ਕਮੇਟੀ ਦਾ ਮੈਂਬਰ ਹੈ, ਬਿਲਕੁਲ ਉਹ ਕਹਿੰਦਾ ਜੇ ਤੁਸੀਂ ਕਰਦੇ ਹੋ ਤਾਂ ਕਦੇ ਦਸਕ ਦੁਸਕ ਕਰਕੇ ਵਿਹੜੇ ਬਣਾਉਂਦੇ ਨੇ, ਕਦੇ ਮੀਟਿੰਗ 'ਚ ਅਸੀਂ ਬੈਠੇ ਦਿਖਾਈ ਨਹੀਂ ਦਿੰਦੇ। ਸਿਰਸੀ ਵਾਲਾ ਦੇ ਕਿੰਨੇ ਕੇਸ ਸੀਗੇ,
ਉਹ ਸਰਪੰਚ ਨੇ ਮੈਨੂੰ ਬਾਰ ਬਾਰ ਕਿਹਾ ਵੀ ਤੁਸੀਂ ਕਹਿ ਦਿਓ ਜੀ ਕਿਸੇ ਡੀਸੀ ਨੂੰ ਕਹਿ ਦਿਓ ਕਿਸੇ ਨੂੰ ਕਹਿ ਦਿਓ ਮਾੜਾ ਮੋਟਾ ਚਲੋ ਗੱਲ ਪਰ ਸਰਪੰਚ ਦੀ ਇੰਨੀ ਜ਼ਰੂਰਤ ਵੀ ਨਹੀਂ ਪੈ ਰਹੀ ਉੱਥੇ ਬੈਠ ਕੇ ਮੇਰੇ ਪਿੰਡ ਦਾ ਬੰਦਾ ਹੈ ਇਹ ਵਾਕਈ ਜਾਇਜ਼ ਹੈ ਮੈਂ ਜਦੋਂ ਮੋਹਰ ਲਾ ਰਿਹਾ ਕਿ ਇਹ ਗੱਲ ਹੈ ਮੈਂ ਚੁਣਿਆ ਹੋਇਆ ਨੁਮਾਇੰਦਾ ਇਹ ਤਾਂ ਪੰਚਾਇਤਾਂ ਦੇ ਪੱਧਰ ਤੇ ਵੀ ਐਕਚੁਅਲੀ ਜਿਹੜੀ ਇਹਦੇ ਬਾਰੇ ਜਾਗਰਤੀ ਜਿਹੜੀ ਹੈ ਨਾ ਜਿਹੜੀ ਜਾਗਰੂਕਤਾ ਹੈ ਉਹ ਐਕਚੁਅਲੀ ਸਾਰਿਆਂ 'ਚ ਲਿਆਉਣ ਦੀ ਲੋੜ ਹੈ ਸਮਾਜ 'ਚ ਵੀ ਲਿਆਉਣ ਦੀ ਲੋੜ ਹੈ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਵੀ ਲਿਆਉਣ ਦੀ ਲੋੜ ਹੈ ਈਵਨ ਅਧਿਕਾਰੀਆਂ ਨੂੰ ਵੀ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ ਇਹਦੇ ਬਾਰੇ ਉਹਨਾਂ ਨੂੰ ਵੀ ਸਾਰੀ ਪਾਲਿਸੀ ਬਾਰੇ ਵਾਰ ਵਾਰ ਦੱਸਿਆ ਜਾਵੇ ਹੁਣ ਮੈਂ ਤਾਂ ਐਕਚੁਅਲੀ ਮਹਿਕਮਾ ਤਾਂ ਸਾਡਾ ਹੀ ਹੈ ਵੀ ਸਾਡਾ ਮਹਿਕਮਾ ਖੇਤੀਬਾੜੀ ਤੇ ਕਿਸਾਨ ਭਲਾਈ ਵੀ ਸਾਡੇ ਕੋਲ ਹਾਲੇ ਤੱਕ ਨਾ ਸਰਕਾਰ ਲੈਵਲ ਤੇ ਨਾ ਸਟੇਟ ਲੈਵਲ ਤੇ ਡਾਇਰੈਕਟੋਰੇਟ ਲੈਵਲ ਤੇ ਨਾ ਡਿਸਟ੍ਰਿਕਟ ਲੈਵਲ ਤੇ ਹਾਲੇ ਵੀ ਅਸੀਂ ਕੋਈ ਭਲਾਈ ਅਸਰ ਨਹੀਂ ਲਾਇਆ ਇੱਕ ਵੀ ਮਤਲਬ ਬੇਸਿਕਲੀ ਕੀ ਹੈ ਕਿ ਸਾਨੂੰ ਜਿਹੜੀ ਪਾਲਿਸੀ ਹੈ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਕਰਨ ਲਈ ਜੇ ਇੱਕ ਡੈਡੀਕੇਟਡ ਬੰਦਾ ਹੋਵੇ ਚਲੋ ਉਹਨੂੰ ਅਗਲਾ ਉਹਨੂੰ ਪਤਾ ਹੁੰਦਾ ਵੀ ਇਹ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਕੁਛ ਇਹਨੂੰ ਫਾਲੋ ਕਰਾਂ ਕੁਛ ਕੱਲ੍ਹ ਨੂੰ ਸਾਲ ਮਗਰੋਂ ਮੈਨੂੰ ਪੁੱਛਿਆ ਜਾਊਗਾ ਵੀ ਕੀ ਕਰਨਾ ਸੋ ਥੋੜ੍ਹੀ ਕਈ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਦਿੱਲੀ ਵਾਲਿਆਂ ਨੇ ਨੌ ਕਰਤਾ ਮਹਿਕਮੇ ਦਾ ਖੇਤੀਬਾੜੀ ਦੇ ਕਿਸਾਨ ਭਲਾਈ ਅਤੇ ਸਾਰੀਆਂ ਸਟੇਟਾਂ ਨੇ ਵੀ ਕਰਤਾ ਅਤੇ ਮੈਨੂੰ ਇਹ ਨਹੀਂ ਪਤਾ ਵੀ ਕਿਹੜੀਆਂ ਕਿਸੇ ਸਟੇਟ ਨੇ ਇਹ ਕੰਮ ਕੀਤਾ ਕਿ ਨਹੀਂ ਕੀਤਾ ਸਾਡੀ ਨੇ ਤਾਂ ਨਹੀਂ ਕੀਤਾ ਘੱਟੋ ਤੋ ਇਸ ਲਈ ਉਹ ਜਿਹੜੀ ਉਹ ਲੋੜ ਹੈ ਇਹਨਾਂ ਚੀਜ਼ਾਂ ਨੂੰ ਵੀ ਇਕੱਲੇ ਆਪਾਂ ਇਹਨੂੰ ਪੋਲਸੀਜ਼ ਨੂੰ ਲਾਗੂ ਨਹੀਂ ਕਰਨਾ ਉਹਦਾ ਲਾਗੂ ਇਹ ਵੀ ਪਤਾ ਹੁਣ ਜਿਵੇਂ ਸਾਡੇ ਉਹ ਹੁਣ ਅਸੀਂ ਏ ਸੀ ਆਰ ਲਿਖਦੇ ਹਾਂ ਕਹਿੰਦਾ ਵੀ ਦੀ ਪਰਸਨ ਸ਼ੁੱਡ ਨੋਟ ਓਨਲੀ ਬੀ ਓਨੈਸਟ ਬਟ ਹੀ ਸ਼ੁੱਡ ਹੈਵ ਦੀ ਰੈਪੂਟੇਸ਼ਨ ਆਫ ਬੀਇੰਗ ਸੋ ਵੀ ਜੇ ਅਸੀਂ ਕੰਮ ਕਰਦੇ ਹਾਂ ਭਲਾਈ ਵਿਭਾਗ ਲੱਭਣਾ ਤਾਂ ਇਕੱਲਾ ਭਲਾਈ ਵਿਭਾਗ ਨਹੀਂ ਬਣਾਇਆ ਉਹਦੇ ਵਿੱਚ ਅਸੀਂ ਭਲਾਈ ਦਾ ਕੰਮ ਵੀ ਕਰੀਏ ਤਾਂ ਕਿ ਲੋਕਾਂ ਨੂੰ ਵੀ ਲੱਗੇ ਵੀ ਭਲਾਈ ਹੋ ਰਹੀ ਹੈ ਕਹਿੰਦੇ ਨੇ ਵੀ ਇਨਸਾਫ ਹੋਣਾ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਜਿਹੜੀ ਪਾਲਿਸੀ ਹੈ ਨਾ ਜਿਹਦੇ ਵਿੱਚ ਇੱਕ ਜ਼ਰੂਰ ਜਿਹੜੀ ਗਰਾਊਂਡ ਲੈਵਲ ਦੀ ਰਿਐਲਿਟੀ ਦੱਸ ਰਿਹਾ ਮੈਂ ਤੁਹਾਨੂੰ ਜਦੋਂ ਕਿਸੇ ਨੌਜਵਾਨ ਦੀ ਜਾਂ ਕਿਸੇ ਕਿਸਾਨ ਦੀ ਜਾਂ ਕਿਸੇ ਕਿਸਾਨ ਮਜ਼ਦੂਰ ਦੀ ਜੋ ਡੈਥ ਹੋ ਜਾਂਦੀ ਕਈ ਵਾਰ ਨਾ ਜੇ ਰਿਅਲ ਅਸਲੀ ਕਹਾਣੀ ਹੋਰ ਹੁੰਦੀ ਹੈ ਮੌਕੇ 'ਤੇ ਉਹ ਵਜ੍ਹਾ ਕੁਛ ਹੋਰ ਹੁੰਦੀ ਅਤੇ ਸੁਸਾਈਡ ਕਰਨ ਦੀ ਲੇਕਿਨ ਜਦੋਂ ਸਮਾਜ ਜਦੋਂ ਇਕੱਠ ਬੈਠਦਾ ਪਿੰਡ ਦਾ ਕਿਉਂਕਿ ਉੱਥੇ ਅਫਸੋਸ ਕਰਨ ਆਉਂਦੇ ਨੇ ਜਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਫਿਰ ਉੱਥੇ ਸਲਾਹ ਕੀਤੀ ਜਾਂਦੀ ਇਹਨਾਂ ਦਾ ਅਪਲਾਈ ਕਰ ਦਿਓ ਵੀ ਚਲੋ ਕਿਤੇ ਨਾ ਕਿਤੇ ਬਹਾਨੇ ਇਹਨਾਂ ਨੂੰ 3 ਲੱਖ ਰੁਪਇਆ ਮਿਲ ਜਾਏਗਾ ਉਹ ਕਈ ਜਿਹੜੇ ਆਫੀਸਰ ਹੁੰਦੇ ਨਾ ਚਾਹੇ ਉਹ ਕਿਸੇ ਡਿਪਾਰਟਮੈਂਟ 'ਤੇ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਨਹੀਂ ਇਹ ਦੂਜੇ ਪਾਸੇ ਤੁਰਿਆ ਹੋਇਆ ਕੰਮ ਉਸ ਪਾਸੇ ਜ਼ਰੂਰ ਜਿੱਦਾਂ ਨਹੀਂ ਉਹ ਹੋਣਗੇ ਕੁਛ ਗੱਲਾਂ ਕੁਛ ਕੇਸ ਇਹੋ ਜਿਹੇ ਵੀ ਹੋਣਗੇ ਕੁਛ ਤਾਂ ਕੋਈ ਗੱਲ ਨਹੀਂ ਪਰ ਉਹਦੇ ਨਾਂ 'ਤੇ ਬਾਕੀ ਸਾਰੇ ਕੇਸ ਨਹੀਂ ਨੱਬ ਕੀਤੇ ਜਾ ਸਕਦੇ ਇਹਦਾ ਤਾਂ ਸਭ ਤੋਂ ਬੜਾ ਐਗਜ਼ਾਮਪਲ ਹੈ ਔਰ ਪਾਲਿਸੀ 'ਚ ਹੀ ਹੈ ਕਿ ਗ੍ਰਾਮ ਸਭਾ ਬਣਾਓ ਪਿੰਡ ਦੇ ਇਕੱਠ 'ਚ ਫੈਸਲੇ ਦੱਸ ਪੁੱਛ ਲਓ ਬਿਲਕੁਲ ਪਿੰਡ 'ਚ ਫੈਸਲੇ ਵੀ ਹੁੰਦੇ ਨੇ ਬਾਕੀ ਵੀ ਹੁੰਦੇ ਨੇ ਸਭ ਨੂੰ ਕਲੀਅਰ ਪਤਾ ਲੱਗ ਜਾਂਦਾ ਇਹ ਤਾਂ ਕੋਈ ਬੜਾ ਔਖਾ ਕੰਮ ਨਹੀਂ ਹੈ ਜੇ ਪਤਾ ਕਰਨਾ ਹੋਵੇ ਔਰ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕਿਉਂ ਕੱਟਿਆ ਗਿਆ ਔਰ ਜੇ ਕੇਸ ਕੱਟੇ ਵੀ ਜਾਣੇ ਚਾਹੀਦੇ ਨੇ ਦੇਖੋ ਕੋਈ ਬੰਦਾ ਜਿਹੜਾ ਹੈ ਉਹਨੂੰ ਉਹ ਕੇਸ ਕੱਟੇ ਜਾਣੇ ਚਾਹੀਦੇ ਨੇ ਮੈਨੂੰ ਲੱਗਦਾ ਉਹ ਵੀ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਮਤਲਬ ਸਾਡੇ ਕੋਈ ਸੋਸ਼ਲ ਸਿਕਿਉਰਿਟੀ ਨੈਟਵਰਕ ਹੈ ਨਹੀਂ ਵੈਸੇ ਇਹ ਗੱਲਾਂ ਤਾਂ ਵਾਪਰਦੀਆਂ ਨੇ ਨਹੀਂ ਤਾਂ ਵਾਪਰਦੀਆਂ ਹੋਣ ਬੰਦਾ ਤਾਂ ਘਰ ਦਾ ਮਰ ਗਿਆ ਨਾ ਚਾਹੇ ਐਕਸੀਡੈਂਟ 'ਚ ਮਰ ਗਿਆ ਚਾਹੇ ਕਾਸੇ 'ਚ ਮਰ ਗਿਆ ਜੇ ਬ੍ਰੈਡ ਬਿਨਰ ਮਰ ਗਿਆ ਮੈਂ ਨਹੀਂ ਕਹਿੰਦਾ ਉਹਨੂੰ ਇਸ ਪਾਲਿਸੀ 'ਚ ਲਿਆਂਦਾ ਜਾਏ ਉਹਦੇ ਲਈ ਵੀ ਕੋਈ ਰਿਲੀਫ ਪਾਲਿਸੀ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਜਿਹਦਾ ਬ੍ਰੈਡ ਬਿਨਰ ਮਰ ਗਿਆ ਜਿਹੜਾ ਅਨਆਰਗੇਨਾਈਜ਼ਡ ਸੈਕਟਰ ਦਾ ਬੰਦਾ ਹੈ ਮਤਲਬ ਆਰਗੇਨਾਈਜ਼ ਸੈਕਟਰ 'ਚ ਤਾਂ ਫਿਰ ਵੀ ਇੱਕ ਲੈਵਲ ਦੀ ਸੋਸ਼ਲ ਸਿਕਿਉਰਿਟੀ ਹੈ ਉਹਦੇ 'ਚ ਨਹੀਂ ਹੈ ਪਰ ਮੇਰਾ ਇੱਕ ਸਵਾਲ ਜਾਂਦੇ ਜਾਂਦੇ ਇਹ ਸੀਗਾ ਤੁਹਾਨੂੰ ਦੋਨਾਂ ਜਿਹੜੇ ਕਿਉਂਕਿ ਅਸੀਂ ਜਿਹੜੇ ਨੋਰਮ ਬਣਦੇ ਨੇ ਸਾਡੇ ਚਾਹੇ ਉਹ ਡਿਜ਼ਾਸਟਰ ਮੈਨੇਜਮੈਂਟ ਦੇ ਬਣਦੇ ਨੇ ਚਾਹੇ ਜਿਹੜੇ ਮਰਜ਼ੀ ਰਿਲੀਫ ਦੇ ਬਣਦੇ ਨੇ ਉਹ ਬਣਦੇ ਨੇ ਨੈਸ਼ਨਲ ਲੈਵਲ 'ਤੇ ਹੁਣ ਹਰ ਨੇਸ਼ਨ ਦਾ ਆਪੋ ਆਪਣਾ ਇੱਕ ਇਤਿਹਾਸ ਹੈ ਮਿਜਾਜ ਹੈ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਬਾਕੀ ਚੀਜ਼ਾਂ ਨੇ ਤੇ ਜੇ ਇਹ ਫੈਡਰਲ ਸਟਰਕਚਰ ਮੁਤਾਬਕ ਜੇ ਹਰ ਸਟੇਟ ਲੈਵਲ ਦੀ ਨੇਚਰ ਨੂੰ ਦੇਖ ਕੇ ਹੁਣ ਸਟੈਂਡਰਡ ਆਫ ਲਿਵਿੰਗ ਪੰਜਾਬ ਦੇ ਕਿਸਾਨ ਦਾ ਜਾਂ ਬਾਕੀ ਦਾ ਹੋਰ ਹੈ ਬਿਹਾਰ ਯੂਪੀ 'ਚ ਹੋਰ ਹੈ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਨੇ ਇਸੇ ਕਰਕੇ ਉਹ ਆ ਜਿਵੇਂ PM ਰਿਲੀਫ ਹੈ 500 ਰੁਪਏ ਮਹੀਨਾ 2000 ਮਿਲਦਾ ਪੰਜਾਬ ਦੇ ਕਿਸਾਨ ਨੂੰ ਨਾ ਚੁਟਕੀ ਲੱਗਦੀ ਹੈ 500 ਰੁਪਏ ਯਾਰ ਵੀ ਕੋਈ ਗੱਲ ਦਾ ਮਜ਼ਾਕ ਜਿਹਾ ਲੱਗਦਾ ਔਰ ਹੋ ਸਕਦਾ ਉਹ ਕਿਸੇ ਕਿਸਾਨ ਦੀ ਬਹੁਤ ਬੜੀ ਗੱਲ ਹੋਵੇ ਜਿਹੜਾ ਜਿੱਥੇ ਕਿਤੇ ਜਾ ਕੇ ਇਹ ਹੁੰਦਾ ਔਰ ਇਹਦੇ ਲਈ ਮਤਲਬ ਅਸਲ 'ਚ ਤਾਂ ਬੇਸਿਕ ਸਾਰੇ ਮੁੱਦੇ ਆ ਕੇ ਫੈਡਰਲ ਸਟਰਕਚਰ ਨਾਲ ਜੁੜ ਜਾਂਦੇ ਨੇ ਵੀ ਸਟੇਟ ਦੇ ਮੁਤਾਬਕ ਨਿਯਮ ਬਣਾਉਣ ਦੀ ਇਜਾਜ਼ਤ ਹੋਵੇ ਤਾਂ ਜ਼ਿਆਦਾ ਰਾਹਤ ਵੀ ਜ਼ਿਆਦਾ ਕੰਮ ਕਰ ਸਕਦੀ ਹੈ ਨਹੀਂ ਗੱਲ ਥੋੜ੍ਹੀ ਬਿਲਕੁਲ ਠੀਕ ਹੈ ਮੈਂ ਇਹ ਕਹਿਣਾ ਵੀ ਚਲੋ ਇੱਕ ਜੇ ਤੁਸੀਂ ਇੱਕ ਕਰਨਾ ਹੈ ਇੱਕ ਆਪਾਂ ਰੀਜਨ ਵਾਈਜ਼ ਹੀ ਕਰ ਲਈਏ ਵੀ ਜੇ ਮਤਲਬ ਪੰਜਾਬ ਹਰਿਆਣਾ ਵੈਸਟਰਨ ਯੂਪੀ ਦੇ ਜਿਹੜਾ ਉਰਲਾ ਸਾਡੇ ਨਾਲ ਲੱਗਦਾ ਰਾਜਸਥਾਨ ਵੀ ਜਿੱਥੇ ਤੁਸੀਂ ਨਹੀਂ MSP ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਮੈਂ ਤਾਂ ਵੈਸੇ ਕਹਿ ਰਿਹਾ ਕਿ ਉੱਥੇ ਹੀ ਕਿਸਾਨ ਦੀ ਆਮਦਨ ਵਧੀ ਹੈ ਮਾੜੀ ਮੋਟੀ ਜਿੱਥੇ ਪਰਮਾਨੈਂਟ ਕਣਕ ਝੋਨੇ 'ਚ MSP ਸੀ ਨਹੀਂ ਬਿਲਕੁਲ ਠੀਕ ਹੈ ਉੱਥੇ ਆਮਦਨ ਨਹੀਂ ਵਧੀ ਆਮਦਨ ਤਾਂ ਸ਼ਾਇਦ ਘਟੀ ਹੋਈ ਹੋਵੇ
ਕਦੇ ਫੇਰ ਗੱਲ ਕਰਾਂਗੇ ਇਸ ਵਿਸ਼ੇ ਤੇ। ਉੱਥੇ ਆਮਦਨ ਅਸ਼ੋਰ ਹੋਈ ਹੈ, ਇੱਕ 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 ਲੈਵਲ ਆਫ ਇਨਕਮ ਹੈਜ਼ ਬੀਨ ਅਸ਼ੋਰਡ। ਹਾਂ ਉਹ ਦੂਜੇ ਦੇ ਮੁਕਾਬਲੇ ਵੱਧ ਵੀ, ਹਾਂ ਔਰ ਉਹ ਦੂਜੇ ਦੇ ਮੁਕਾਬਲੇ ਵੱਧ ਹੈ ਜਦੋਂ 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 ਮੰਡੀ, ਹਾਂ ਜਿੱਥੇ ਬੰਦਾ ਮੰਡੀ ਦੇ ਉੱਤੇ ਨਿਰਭਰ ਕਰਦਾ ਹੈ ਤੇ ਉਹਦੇ ਉਹਦੇ ਤੇ ਤੇ ਜਿੱਥੇ ਬੰਦਾ ਐਮ ਐਸ ਪੀ ਤੇ ਨਿਰਭਰ ਕਰਦਾ ਉੱਥੇ ਡੈਫੀਨਿਟਲੀ ਐਮ ਐਸ ਪੀ ਵਾਲਿਆਂ ਦੀ ਆਮਦਨ ਜਿਹੜੀ ਹੈ ਉਹ ਕੰਪੈਰੇਟਿਵਲੀ ਬੈਟਰ ਹੈ। ਇਸੇ ਕਰਕੇ ਜਿਹੜਾ ਝੋਨਾ ਕਿਸਾਨਾਂ ਦੀ ਪਸੰਦ ਹੈ ਜੀ। ਕਣਕ ਝੋਨੇ ਦਾ ਚੱਕਰ ਤੋਂ ਇਹਨੂੰ ਕੋਈ ਨਾ ਕੋਈ ਐਗਰੋ ਕਲਾਈਮੇਟਿਕ ਜ਼ੋਨ ਵਾਈਜ਼ ਕੋਈ ਹੋਰ, ਬਲ ਥੋੜੀ ਬਹੁਤੀ ਸਾਨੂੰ ਆਜ਼ਾਦੀ ਦੇ 75 ਸਾਲਾਂ ਤੋਂ ਬਾਅਦ ਜਦੋਂ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਦੇਸ਼ ਦਾ, ਦੇਸ਼ ਦੇ ਵਿੱਚ ਤਾਂ ਸਾਨੂੰ ਥੋੜੇ ਜਿਹੇ ਜਿਹੜੇ ਨੇ ਰੀਜਨ ਵਾਈਜ਼ ਹੀ ਅਸੀਂ ਕੋਈ ਨੋਰਮ ਜਿਹੜੇ ਨੇ ਬਣਾ ਲਈਏ ਤੇ ਉਹਦੇ ਨਾਲ ਥੋੜਾ ਬਹੁਤਾ ਵੱਖਰੇ ਵੱਖਰੇ ਇਲਾਕਿਆਂ 'ਚ ਵੱਖਰਾ ਵੱਖਰਾ ਹੋ ਜਾਏ ਤਾਂ ਥੋੜੀ ਜਿਹੀ ਰਿਲੀਫ ਬੈਟਰ ਦਿੱਤੀ ਜਾ ਸਕਦੀ। ਜ਼ਮੀਨੀ ਹਕੀਕਤ ਨਾਲ ਜੋੜ ਕੇ ਬਿਲਕੁਲ ਅੱਜ ਦਾ ਇਸੇ ਨੋਟ ਤੇ ਆਪਾਂ ਗੱਲ ਖਤਮ ਕਰਦੇ ਹਾਂ ਤੇ ਕੁਝ ਤਾਂ ਮਹਾਰਾ ਨੇ ਦੱਸਿਆ ਕਿਸਾਨਾਂ ਨੂੰ ਉਹਨਾਂ ਲਈ ਕੀ ਆਪਸ਼ਨਜ਼ ਨੇ ਕਿ ਮੈਂ ਇੱਕ ਗੱਲ ਰੱਖਣੀ ਸੀ ਡਾਕਟਰ ਸਾਹਿਬ, ਇਹ ਕਹਿ ਸੀਗਾ ਵੀ ਕਿਸਾਨਾਂ ਨੂੰ ਕੋਈ ਹੈਲਪਲਾਈਨ ਨੰਬਰ ਜਾਂ ਟੋਲ ਫ੍ਰੀ, ਉਹ ਅਸੀਂ ਆਲਰੇਡੀ ਜਾਰੀ ਕੀਤਾ ਹੋਇਆ ਨੰਬਰ ਹੈ ਜੀ। ਆਹ ਨੰਬਰ ਹੈ ਉਹਦੇ 'ਚ 500 ਤੋਂ ਵੱਧ ਜਿਹੜੀ ਕਿਸਾਨਾਂ ਦੀ ਜਿਹੜੀ ਕਾਲ ਵੀ ਆ ਚੁੱਕੀ ਹੈ, ਜਿਹੜੀ ਪਨੀਰੀ ਦੀ ਇੱਕ ਦੂਜੇ ਨਾਲ ਲੈਣ ਦੇਣ ਕਰਨਾ ਪਏ, ਪਨੀਰੀ ਉੱਥੋਂ ਲੈ ਲਓ ਉੱਥੋਂ ਲੈ ਲਓ, ਉਹ ਸਾਡਾ ਡਿਪਾਰਟਮੈਂਟ ਹੀ ਕੰਮ ਕਰ ਰਿਹਾ ਤੇ ਟੋਲ ਫ੍ਰੀ ਨੰਬਰ ਜਿਹੜਾ 7710665725। ਦੁਬਾਰਾ ਮੈਂ ਬੋਲ ਰਿਹਾ ਜੀ 7710665725। ਇਹ ਮੈਂ ਕਿਸਾਨ ਵੀਰਾਂ ਨੂੰ, ਕਿਸਾਨ ਵੀਰੋ ਇਹਨੂੰ ਥੋੜਾ ਜਿਹਾ ਪੰਜਾਬੀ ਦੱਸ ਦਿਆਂ ਵੀ 7010665625 ਤੇ ਮੇਰੀ ਬੇਨਤੀ ਹੈ 7010655 ਇਹ ਜੁਆਇੰਟ ਡਾਕਟਰ ਸਾਹਿਬ ਨੇ ਨੰਬਰ ਦੱਸਿਆ ਆਪਾਂ ਨੂੰ ਤੇ ਆਪਾਂ ਇਹਨੂੰ ਜਿਹੜਾ ਹੈ ਤੁਸੀਂ ਇਹਦੇ ਤੇ ਤਾਲਮੇਲ ਕਰੋ ਤੇ ਮਹਿਕਮੇ ਦੀ ਜਿਹੜੀ ਉਹਨਾਂ ਵੱਲੋਂ ਜਿਹੜੀ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ ਉਹਦਾ ਜ਼ਰੂਰ ਫਾਇਦਾ ਉਠਾਓ। ਇੱਕ ਮੈਂ ਹੋਰ ਵੀ ਦੱਸਣੀ ਚਾਹੁੰਦਾ, ਸੌਰੀ ਮੈਂ ਕੱਟ ਰਿਹਾ ਜੀ, ਤੇ ਜਿੰਨੇ ਵੀ ਸਾਡੇ ਅਫਸਰ ਨੇ ਪਿੰਡਾਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੇ ਇਸ ਸੀਜ਼ਨ ਦੇ ਵਿੱਚ ਜਦੋਂ ਆਹ ਬਾਰਿਸ਼ਾਂ ਹੋਈਆਂ ਨੇ ਇਕੱਲੇ ਇਕੱਲੇ ਕਿਸਾਨ ਦੀ ਬਾਂਹ ਫੜੀ ਹੈ ਤੇ ਈਵਨ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਜਿਹੜਾ ਅਸੀਂ 1200 ਕੁਇੰਟਲ ਜਿਹੜਾ ਬੀ ਅਸੀਂ ਉਪਲਬਧ ਕਰਵਾਇਆ, ਕਾਫੀ ਮਾਤਰਾ ਦੇ ਵਿੱਚ ਉਹਨਾਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਕਿਸਾਨਾਂ ਨੂੰ ਇਹ ਦਿੱਤਾ। ਤੇ ਅੱਜ ਦੇ ਲਈ ਇੰਨਾ ਹੀ, ਕਿਉਂਕਿ ਕਾਫੀ ਗੱਲਾਂ ਨੇ, ਖੇਤੀ ਬਹੁਤ ਬੜਾ ਸਬਜੈਕਟ ਹੈ ਕਿਉਂਕਿ ਆਬਾਦੀ ਇਹਦੇ ਨਾਲ ਬਹੁਤ ਡਾਇਰੈਕਟਲੀ ਜੁੜੀ ਹੋਈ ਹੈ, ਇੱਕ ਤਾਂ ਆਪਦੇ ਆਮਦਨ ਦੇ ਲਿਹਾਜ਼ ਦੇ ਨਾਲ ਵੀ ਵੈਸੇ ਸਾਰਾ ਉਹ ਕਹਿ ਰਹੇ ਨੇ। ਇੱਕ ਵਾਰ ਮੈਂ ਦੇਖ ਰਿਹਾ ਐਨ ਡੀ ਟੀਵੀ ਦੇ ਮਾਮਲੇ 'ਚ ਸਾਰੇ ਵੱਡੇ ਬੰਦਿਆਂ ਨੂੰ ਬੁਲਾਇਆ ਸੀ, ਡਾਕਟਰ ਸਵਾਮੀਨਾਥਨ ਨੂੰ ਵੀ ਟਾਈਮ ਦਿੱਤਾ, ਉਹ ਕਹਿੰਦੇ ਬਾਕੀ ਨੂੰ 5-5 ਮਿੰਟ, ਉਹ ਕਹਿੰਦੇ ਮੈਂ 20 ਮਿੰਟ ਬੋਲੂੰਗਾ ਕਿਉਂਕਿ ਮੈਂ ਇਕੱਲਾ ਹੀ ਹਾਂ ਐਡੀ ਆਬਾਦੀ ਨੂੰ ਰੀਪ੍ਰਜੈਂਟ ਕਰ ਰਿਹਾ ਤੇ ਮੇਰੀ ਇਹ ਗੱਲ ਸੁਣੋ। ਤੁਸੀਂ ਹਥਿਆਰ ਖਰੀਦ, ਹਥਿਆਰਾਂ 'ਚ ਸਿਕਿਉਰਿਟੀ ਲੱਭਦੇ ਹੋ ਜਾਂ ਖੇਤੀ 'ਚ ਸਿਕਿਉਰਿਟੀ ਲੱਭਦੇ ਹੋ? ਮੇਰਾ ਕਹਿਣਾ ਕਿ ਖੇਤੀ ਸਿਕਿਉਰ ਕਰ ਸਕਦੀ, ਹਥਿਆਰ ਨਹੀਂ ਸਿਕਿਉਰ ਕਰ ਸਕਦੇ। ਜੇਕਰ ਇਹ ਡਾਕਟਰ ਸਵਾਮੀਨਾਥਨ ਸਪੀਚ ਮੇਰੇ ਕਈ ਸਾਲ ਪੁਰਾਣੀ ਯਾਦ ਹੈ, ਲਗਾਤਾਰ ਜਿਹੜੀ ਉਹ ਕਹਿੰਦੇ ਸੀ। ਇਸੇ ਲਈ ਇੱਕ ਪੋਲੀਟੀਕਲ ਵੈਪਨ ਵੀ ਹੁੰਦਾ ਹੈ ਜਦੋਂ ਫੂਡ ਜਿਹੜਾ ਉਹ ਨਾ ਰਹੇ ਜਾਂ ਉੱਥੇ ਦੇ ਮਿਹਨਤਰਾਂ ਨਿਰਾਸ਼ ਹੋ ਜਾਣ। ਉਸ ਮਾਮਲੇ 'ਚ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਬਹੁਤ ਐਕਟਿਵ ਹੋ ਕੇ ਬਿਆਨਬਾਜ਼ੀ ਤੋਂ ਉੱਪਰ ਜਾ ਕੇ ਗਰਾਊਂਡ ਰਿਐਲਿਟੀ ਦੇਖ ਕੇ ਤੁਰੰਤ ਕੰਪਨਸੇਟ ਕਰਨ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਜਿੱਥੇ ਕਿਤੇ ਨਿਯਮ ਆੜੇ ਆਉਂਦੇ ਨੇ ਤਾਂ ਬੈਠ ਕੇ ਨਿਯਮਾਂ 'ਚ ਵੀ ਤਬਦੀਲੀ ਕਰਨ ਦੀ ਲੋੜ ਹੈ ਹਰੇਕ ਖਿੱਤੇ ਦੇ ਮੁਤਾਬਕ। ਉਹ ਸਾਰੇ ਮਾਮਲੇ ਦੇ ਵਿੱਚ ਇਹਦੇ ਨਾਲ ਸੰਵਾਦ ਹੋ ਸਕਦਾ ਹੈ, ਡਾਇਰੈਕਟਰੀ ਸੈਮੀਨਾਰ, ਕਿਹੜੀ ਚੀਜ਼ ਬਦਲਣੀ ਹੈ ਕਿਹੜੀ ਚੀਜ਼ ਨਹੀਂ ਬਦਲਣੀ ਅਗਲੇ ਤੱਕ, ਕਿਉਂਕਿ ਆਫਤ ਵੀ ਆਉਂਦੀਆਂ ਰਹਿਣੀਆਂ ਨੇ ਤੇ ਉਹਦੇ ਨਾਲ ਡੀਲ ਵੀ ਕਰਦੇ ਰਹਿਣਾ ਤੇ ਰੋਜ਼ ਦੀਆਂ ਚੀਜ਼ਾਂ ਵੀ ਨੇ। ਇਸ ਲਈ ਇੱਕ ਆਫਤ ਲੰਘ ਗਈ ਤੇ ਉਹਨਾਂ ਚਿਰ ਚੁੱਪ ਕਰ ਜਾਓ ਅਗਲੀ ਆਫਤ ਤੱਕ, ਇਹ ਥਿਉਰੀ ਵੀ, ਇਹ ਨਜ਼ਰੀਆ ਵੀ ਛੱਡਣਾ ਚਾਹੀਦਾ ਤਾਂ ਕਿ ਜਦੋਂ ਸਗੋਂ ਲੰਘ ਗਈ ਉਦੋਂ ਜ਼ਿਆਦਾ ਗੱਲ ਉਹਦੇ 'ਤੇ ਹੋਣੀ ਚਾਹੀਦੀ ਹੈ। ਅੱਜ ਲਈ ਇੰਨਾ ਹੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।